ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਔਰ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ। ਮੁੱਦਾ ਜੀ, ਅੱਜ ਇਹ ਪ੍ਰੋਗਰਾਮ ਇਸ ਮੰਚ ਦੇ ਉੱਤੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਸਾਰੇ ਭਗਦੇ ਮਸਲਿਆਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕਰ ਸਕੀਏ ਔਰ ਉਹਨੂੰ ਇਸ ਮੰਚ ਦੇ ਉੱਤੇ ਰੱਖ ਸਕੀਏ ਤਾਂ ਕਿ ਤੁਸੀਂ ਵੀ ਆਪਣੇ ਪ੍ਰਤੀਕਰਮ ਦੇ ਸਕੋ। ਤਾਂ ਅੱਜ ਸਾਡੀ ਟੀਮ ਨੇ ਕੋਸ਼ਿਸ਼ ਕੀਤੀ ਹੈ ਕਿ ਇੱਕ ਦੂਜੇ ਪਲੈਟਫਾਰਮ ਤੋਂ ਹਟ ਕੇ ਜੋ ਕਿ ਅਸੀਂ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਜੇ ਆਉਣੀ ਹੈ ਸਾਡੀ ਟੀਮ, ਲੇਕਿਨ ਅੱਜ ਤੁਹਾਡੇ ਲਈ ਕੁਝ ਆਪਾਂ ਡਿਫਰੈਂਟ ਕਰਾਂਗੇ ਇਸ ਮੰਚ ਦੇ ਉੱਤੇ, ਕਿਉਂਕਿ ਡਿਫਰੈਂਟ ਕਰਨਾ ਲਾਜ਼ਮੀ ਬਣ ਜਾਂਦਾ ਜਦ ਮਸਲਾ ਭਗਦਾ ਬਣ ਜਾਂਦਾ ਔਰ ਆਵਾਜ਼ ਜਦ ਵੱਖ ਵੱਖ ਪੈਰੋਕਾਰਾਂ ਤੋਂ ਸੁਣਨੀ ਸਾਨੂੰ ਮਿਲਦੀ ਹੈਗੀ ਹੈ, ਵੱਖ ਵੱਖ ਅਦਾਇਰੇ ਜਦ ਬੋਲਦੇ ਹਨ ਤਾਂ ਫਿਰ ਜ਼ਰੂਰੀ ਬਣ ਜਾਂਦਾ ਸਾਡੀ ਟੀਮ ਦੇ ਲਈ ਵੀ, ਜਸਟ ਬ੍ਰੋਡਕਾਸਟਿੰਗ ਦੇ ਲਈ ਵੀ, ਕਿ ਅਸੀਂ ਉਹਨਾਂ ਦੀ ਆਵਾਜ਼ ਨੂੰ ਵੀ ਬੁਲੰਦ ਕਰੀਏ। ਅਤੇ ਚਰਚਾ ਅੱਜ ਕੱਲ੍ਹ ਹਾਲ ਫਿਲਹਾਲ ਦੇ ਵਿੱਚ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹੋ ਰਹੀ ਹੈ 2019 ਦੀ, ਕੌਣ ਹੋਏਗਾ ਪ੍ਰਧਾਨ ਮੰਤਰੀ, ਇਹ ਇੱਕ ਵੱਡਾ ਸਵਾਲ ਬਣਿਆ ਹੋਇਆ। ਔਰ ਸਭ ਤੋਂ ਵੱਡੀ ਗੱਲ, ਭਾਰਤ ਦੇ ਮਸਲੇ ਕੀ ਹਨ? ਅਸੀਂ ਭਾਵੇਂ ਅੱਜ ਅਮਰੀਕਾ ਦੇ ਵਿੱਚ ਆ ਕੇ ਵਸ ਗਏ ਹਾਂ, ਲੇਕਿਨ ਸਾਡੇ ਅੱਜ ਵੀ ਰੂਟ, ਸਾਡੇ ਜਿੰਨ ਜਾਨ ਅੱਜ ਵੀ ਸਾਡੀ ਭਾਰਤ ਦੇ ਨਾਲ ਲੱਗੀ ਹੋਈ ਹੈ। ਅਸੀਂ ਜ਼ਰੂਰ ਸੋਚਦੇ ਹਾਂ ਕਿ ਸਾਡਾ ਭਾਰਤ ਜਿਹੜਾ ਉਹ ਇੱਕ ਵਧੀਆ ਰਾਹ ਦੀ ਤਰਫ ਤੁਰੇ ਔਰ ਪ੍ਰੋਗਰੈਸਿਵ ਹੋਏ, ਲੇਕਿਨ ਪ੍ਰੋਗਰੈਸਿਵ ਕਿਵੇਂ ਹੋਏਗਾ? ਦੇਸ਼ ਨੂੰ ਕਿਹੜਾ ਪ੍ਰਧਾਨ ਮੰਤਰੀ ਚਾਹੀਦਾ, ਕੌਣ ਚਾਹੀਦਾ? 2014 ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ, ਉਹਨਾਂ ਨੇ ਕੀ ਕੰਮ ਕੀਤਾ? 2014 ਤੋਂ ਪਹਿਲਾਂ 10 ਸਾਲ ਡਾਕਟਰ ਮਨਮੋਹਨ ਸਿੰਘ ਰਹੇ, ਉਹਨਾਂ ਨੇ ਕੀ ਕੰਮ ਕੀਤਾ? ਮੈਂ ਕਿ ਉਸ ਤੋਂ ਪਹਿਲਾਂ ਨਹੀਂ ਜਾਵਾਂਗਾ, ਕਿਉਂਕਿ ਇਹ ਹਾਲ ਫਿਲਹਾਲ ਦੇ ਵਿੱਚ ਸਿਨੈਰੀਓ ਸੀਗਾ ਇੰਡੀਆ ਦਾ ਜੋ ਕਿ ਰੱਖਣਾ ਜ਼ਰੂਰੀ ਸੀਗਾ। ਔਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਪੋਲੀਟਿਕਸ ਹੈ ਉਹ ਸਿਰਫ ਸਾਡੇ ਭਰਾਵਾਂ ਲਈ ਬਣੀ ਹੈ, ਯਾਨੀ ਕਿ ਪੁਰਸ਼ਾਂ ਲਈ ਬਣੀ ਹੈ, ਮੇਲਸ ਲਈ ਬਣੀ ਹੈ, ਅਤੇ ਪੋਲੀਟਿਕਸ ਦੇ ਵਿੱਚ ਸਾਡੀ ਭੈਣਾਂ, ਸਾਡੀ ਮਾਤਾਵਾਂ ਅਤੇ ਸਾਡੇ ਘਰ ਦੀਆਂ ਜਿਹੜੀ ਔਰਤਾਂ ਹਨ ਉਹ ਕਿਉਂ ਨਹੀਂ ਜਾਣਾ ਚਾਹੁੰਦੀਆਂ? ਉਹਨਾਂ ਨੂੰ ਪੋਲੀਟਿਕਸ ਕਿਉਂ ਬੇਕਾਰ ਲੱਗਦੀ ਹੈ? ਉਹ ਪੋਲੀਟਿਕਸ ਦਾ ਹਿੱਸਾ ਕਿਉਂ ਨਹੀਂ ਬਣਨਾ ਚਾਹੁੰਦੀਆਂ? ਤਾਂ ਅੱਜ ਇਸ ਮੰਚ ਦਾ ਅਸੀਂ ਇਸ ਕਰਕੇ ਜ਼ਰੂਰ ਖਿਆਲ ਰੱਖਿਆ ਕਿ ਉਸ ਪਰਸਪੈਕਟਿਵ ਨੂੰ ਵੀ ਅਸੀਂ ਜ਼ਰੂਰ ਵੇਖਾਂਗੇ ਔਰ ਉਹਨਾਂ ਨੂੰ ਵੀ ਅਸੀਂ ਜ਼ਰੂਰ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਸੀਗੇ। ਔਰ ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਉਹ ਅੱਜ ਹੋਇਆ ਇਸ ਮੰਚ ਦੇ ਉੱਤੇ, ਕਿਉਂਕਿ ਮੇਰੇ ਨਾਲ ਅੱਜ ਕਾਫੀ ਸਾਰੀ ਸ਼ਖਸੀਅਤਾਂ ਮੌਜੂਦ ਹਨ ਸਟੂਡੀਓ ਦੇ ਵਿੱਚ ਜੋ ਕਿ ਆਪਣੀ ਆਪਣੀ ਪਾਰਟੀ ਨੂੰ ਰੀਪ੍ਰਜੈਂਟ ਕਰ ਰਹੀਆਂ ਹਨ ਔਰ ਉਹਨਾਂ ਨੇ ਹਾਲ ਫਿਲਹਾਲ ਦੇ ਵਿੱਚ ਪੋਲੀਟਿਕਸ ਨੂੰ ਜੁਆਇਨ ਕੀਤਾ, ਉਹਨਾਂ ਨੇ ਆਪਣੀ ਪਾਰਟੀ ਨੂੰ ਰੀਪ੍ਰਜੈਂਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜੇਕਰ ਮੈਂ ਭਾਰਤੀ ਮੂਲ ਨਿਵਾਸੀਆਂ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਕਿਉਂ ਲੋੜ ਪੈ ਗਈ ਔਰ ਉਹ ਕਿਵੇਂ ਆਪਣੀ ਆਪਣੀ ਪਾਰਟੀਆਂ ਨੂੰ ਸਟਰੋਂਗ ਕਰ ਰਹੇ ਹਨ? ਕਿਉਂਕਿ ਬੀਜੇਪੀ ਫਰੈਂਡਸ ਆਫ ਜਿਹੜੀ ਓਵਰਸੀਜ਼ ਬੀਜੇਪੀ ਦੀ ਹੈਗੀ ਹੈ ਉਹ ਹਿਮਾਇਤ ਦੇ ਵਿੱਚ ਆਉਂਦੀ ਹੈ, ਪ੍ਰਧਾਨ ਮੰਤਰੀ ਮੋਦੀ ਦੀ ਹਿਮਾਇਤ ਕਰਦੇ ਹੋਏ ਉਹ ਨਜ਼ਰ ਆਉਂਦੇ ਹਨ, ਸ਼ਲਾਘਾ ਕਰਦੇ ਹੋਏ ਨਜ਼ਰ ਆਉਂਦੇ ਹਨ। ਇੰਡੀਅਨ ਓਵਰਸੀਜ਼ ਕਾਂਗਰਸ ਉਹ ਹਿਮਾਇਤ ਦੇ ਵਿੱਚ ਆਉਂਦੀ ਹੈ, ਰਾਹੁਲ ਗਾਂਧੀ ਦੀ, ਪ੍ਰਿੰਕਾ ਗਾਂਧੀ ਦੀ, ਸੋਨੀਆ ਗਾਂਧੀ ਦੀ, ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਉਂਦੇ ਹਨ। ਤਾਂ ਹੁਣ ਕਹਿਣ ਦਾ ਭਾਵ ਹੈਗਾ ਕਿ ਤੁਸੀਂ ਇੱਥੇ ਰਹਿ ਰਹੇ ਹੋ ਔਰ ਆਪਣੀ ਪਾਰਟੀ ਨੂੰ ਕਿਵੇਂ ਸਟਰੋਂਗ ਕਰ ਰਹੇ ਹੋ, ਲੇਕਿਨ ਅੱਜ ਸਟੂਡੀਓ ਦੇ ਵਿੱਚ ਜਿਹੜੀ ਸ਼ਖਸੀਅਤਾਂ ਮੌਜੂਦ ਹਨ ਉਹ ਇਸ ਗੱਲ ਨੂੰ ਜ਼ਰੂਰ ਦੱਸਣਗੀਆਂ ਕਿ ਉਹ ਕਿਉਂ ਉਹਨਾਂ ਨੂੰ ਜ਼ਰੂਰਤ ਪਈ ਪੋਲੀਟਿਕਸ ਦੇ ਵਿੱਚ ਆਉਣ ਦੀ ਔਰ ਕਿਉਂ ਉਹਨਾਂ ਨੇ ਆਪਣੀ ਆਪਣੀ ਪਾਰਟੀ ਨੂੰ ਸਪੋਰਟ ਕੀਤਾ ਔਰ ਉਹ ਕਿਵੇਂ ਕਿਵੇਂ ਆਪਣੀ ਪਾਰਟੀ ਨੂੰ ਸਪੋਰਟ ਕਰ ਰਹੇ ਹਨ ਇੰਡੀਆ ਦੇ ਵਿੱਚ। ਅਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈ ਸ਼ਾਲੂ ਸੂਰੀ ਚੋਪੜਾ ਜੋ ਕਿ ਚੇਅਰਪਰਸਨ ਹਨ ਵੁਮੈਨ ਸੈੱਲ ਕਾਂਗਰਸ ਦੇ, ਉਹਨਾਂ ਦਾ ਅਸੀਂ ਜੀ ਆਇਆਂ ਨੂੰ ਕਰਦੇ ਹਾਂ, ਥੈਂਕ ਯੂ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ। ਨੀਲਿਮਾ ਮਦਾਨ ਸਾਡੇ ਨਾਲ ਮੌਜੂਦ ਹਨ ਜੋ ਕਿ ਨੈਸ਼ਨਲ ਜਨਰਲ ਸੈਕਟਰੀ ਹਨ ਬੀਜੇਪੀ ਓਵਰਸੀਜ਼ ਦੇ, ਉਹ ਵੀ ਸਾਡੇ ਨਾਲ ਅੱਜ ਇੱਥੇ ਮੌਜੂਦ ਹਨ, ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਹਾਂ, ਥੈਂਕ ਯੂ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਕੋਲ ਪਹੁੰਚੇ। ਇਹ ਸ਼ਖਸੀਅਤ ਇਸ ਕਰਕੇ ਅੱਜ ਇਹਨਾਂ ਨੂੰ ਬੁਲਾਉਣਾ ਪਿਆ ਕਿਉਂਕਿ ਲੋੜ ਸੀਗੀ ਕਿ ਪੋਲੀਟਿਕਸ ਸਿਰਫ ਸਾਡੇ ਭਰਾਵਾਂ ਲਈ ਨਹੀਂ ਬਣੀਆਂ, ਮੈਨਸ ਲਈ ਨਹੀਂ ਬਣੀਆਂ, ਕਿਉਂਕਿ ਹੁਣ ਪੋਲੀਟਿਕਸ ਦਾ ਹਿੱਸਾ ਵੁਮੈਨਸ ਵੀ ਬਣ ਰਹੀਆਂ ਹਨ ਅਤੇ ਆਪਣੀ ਆਪਣੀ ਪਾਰਟੀ ਨੂੰ ਰੀਪ੍ਰਜੈਂਟ ਕਰ ਰਹੀਆਂ ਹਨ ਬੈਕ ਟੂ ਇੰਡੀਆ। ਔਰ ਅੱਜ ਇਹਨਾਂ ਨੇ ਪਹੁੰਚ ਕੇ ਆਪਣੀ ਆਪਣੀ ਪਾਰਟੀ ਨੂੰ ਇਹਨਾਂ ਦੀ ਹਿਮਾਇਤ ਵੀ ਕਰਨੀ ਹੈ ਅਤੇ ਪਾਰਟੀ ਦੇ ਕੀ ਕੰਮ ਇਹਨਾਂ ਨੇ ਹਜੇ ਤੱਕ ਕੀਤੇ ਹਨ ਔਰ ਕਿਵੇਂ ਆਪਣੀ ਕਾਂਗਰਸ ਪਾਰਟੀ ਨੂੰ ਜਾਂ ਫਿਰ ਬੀਜੇਪੀ ਪਾਰਟੀ ਨੂੰ ਇਹ ਸਟਰੋਂਗ ਕਰ ਰਹੇ ਹਨ ਔਰ ਕਿਹੜਾ ਪ੍ਰਧਾਨ ਮੰਤਰੀ ਇਹਨਾਂ ਨੂੰ ਚਾਹੀਦਾ ਹੈਗਾ। ਮੇਰੇ ਨਾਲ ਸਟੂਡੀਓ ਦੇ ਵਿੱਚ ਹੋਰ ਵੀ ਕਾਫੀ ਸਾਰੀ ਸ਼ਖਸੀਅਤਾਂ ਮੌਜੂਦ ਹਨ ਜੋ ਕਿ ਵੱਖ ਵੱਖ ਪਾਰਟੀਆਂ ਦੇ ਹਿਮਾਇਤੀ ਹਨ ਔਰ ਬੀਜੇਪੀ ਦੀ ਜੇਕਰ ਗੱਲ ਕਰਾਂ ਤਾਂ ਉਹਨਾਂ ਦੇ ਕਈ ਸਾਰੇ ਸੀਨੀਅਰ ਲੀਡਰਸ ਇੱਥੇ ਮੌਜੂਦ ਹਨ। ਬੀਜੇਪੀ ਦੀ ਮੈਂ ਗੱਲ ਕਰਾਂ ਤਾਂ ਉਹਨਾਂ ਦੇ ਵੀ ਜਿਹੜੇ ਲੀਡਰਸ ਹਨ ਉਹ ਵੀ ਮੌਜੂਦ ਹਨ, ਵਰਕਰਸ ਇੱਥੇ ਮੌਜੂਦ ਹਨ ਜੋ ਕਿ ਆਪਣੀ ਆਪਣੀ ਪਾਰਟੀ ਨੂੰ ਅੱਜ ਰੀਪ੍ਰਜੈਂਟ ਕਰਨਗੇ ਔਰ ਕਿਉਂ ਉਹਨਾਂ ਨੂੰ ਚਾਹੀਦਾ ਹੈਗਾ ਪ੍ਰਧਾਨ ਮੰਤਰੀ ਮੋਦੀ ਔਰ ਕਿਉਂ ਉਹਨਾਂ ਨੂੰ ਚਾਹੀਦਾ ਹੈਗਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ, ਕਿਉਂਕਿ ਇਹ ਦੋ ਹੀ ਨਾਂ ਨੇ ਜਿਹੜੇ ਪ੍ਰਧਾਨ ਮੰਤਰੀ ਦੇ ਉੱਤੇ ਇਸ ਟਾਈਮ ਚੱਲ ਰਹੇ ਹਨ, ਜਿਹਨਾਂ ਦੇ ਉੱਤੇ ਚਰਚਾ ਜਿਹੜੀ ਹੈ ਉਹ ਛਿੜੀ ਹੋਈ ਹੈ। ਮੈਂ ਸ਼ੁਰੂਆਤ ਸਭ ਤੋਂ ਪਹਿਲਾਂ ਨੀਲਿਮਾ ਮਦਾਨ ਜੀ ਤੋਂ ਕਰਨਾ ਚਾਹਾਂਗਾ, ਜਿਨ੍ਹਾਂ ਨੇ ਆਪਣੀ ਭੂਮਿਕਾ ਇਸ ਧਰਤੀ ਦੇ ਉੱਤੇ ਕਈ ਸਾਲਾਂ ਤੋਂ ਵੱਡੀ ਵੱਡੀ ਔਰਗਨਾਈਜੇਸ਼ਨ ਦੇ ਵਿੱਚ ਰੱਖੀਆਂ। ਮਿਸਾਲ ਦੇ ਤੌਰ 'ਤੇ ਉਹ ਆਫ ਬੀਜੇਪੀ ਦੇ ਨੈਸ਼ਨਲ ਜਨਰਲ ਸਕੈਟਰੀ ਤਾਂ ਹੈ ਹੀ ਹਨ, ਦੀ ਐਸੋਸੀਏਸ਼ਨ ਆਫ ਇੰਡੀਅਨਸ ਇਨ ਅਮੈਰੀਕਾ ਦੇ ਨੈਸ਼ਨਲ ਜਨਰਲ ਸਕੈਟਰੀ ਹਨ,
ਰੋਟਰੀ ਨਾਲ ਉਹਨਾਂ ਦਾ ਰਾਬਤਾ ਕਾਇਮ ਹੈਗਾ, ਵੈਦਿਕ ਹੈਰੀਟੇਜ ਦੇ ਵਿੱਚ ਇੱਕ ਵੱਡੀ ਅਹੁਦਾ ਉਹ ਰੱਖਦੇ ਹਨ, ਕੀ ਪੋਜੀਸ਼ਨਸ ਉਹਨਾਂ ਨੇ ਕਾਫੀ ਸਾਰੇ ਅਦਾਰਿਆਂ ਦੇ ਵਿੱਚ ਰੱਖੀਆਂ ਹਨ, ਤੇ ਜ਼ਰੂਰੀ ਸੀਗਾ ਕਿ ਅੱਜ ਉਹਨਾਂ ਨੂੰ ਇਸ ਮੰਚ ਦੇ ਉੱਤੇ ਲਿਆਉਣ ਦੀ, ਔਰ ਉਹ ਪ੍ਰਧਾਨ ਮੰਤਰੀ ਮੋਦੀ ਨੂੰ 2019 ਦੇ ਵਿੱਚ ਕਿਉਂ ਬਣਾਉਣਾ ਚਾਹੁੰਦੇ ਹਨ ਦੇਸ਼ ਦਾ ਪ੍ਰਧਾਨ ਮੰਤਰੀ ਮੁੜ ਤੋਂ। ਸ਼ੁਰੂਆਤ ਨਿਰਲਿਮਾ ਮਦਾਨ ਜੀ ਤੋਂ। ਪਹਿਲੇ ਤੋਂ ਥੈਂਕ ਯੂ ਸੋ ਮੱਚ ਫੋਰ ਹੈਵਿੰਗ ਮੀ ਹੇਅਰ। ਸਾਰੇ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਤੁਸੀਂ ਇਨਵਾਈਟ ਕੀਤਾ ਅੱਜ। ਮੈਂ ਇੱਕ ਡਿਸਕਲੋਜ਼ ਕਰਦਾ, ਪੰਜਾਬੀ ਇਜ਼ ਨੋਟ ਮਾਈ ਫਸਟ ਲੈਂਗੁਏਜ, ਬਟ ਆਈ ਵਿਲ ਮੇਕ ਐਨ ਅਟੈਂਪਟ। ਮੋਦੀ ਜੀ ਨੂੰ ਕਿਉਂ ਚਾਹੁੰਦੇ ਹਾਂ ਅਸੀਂ 2019 ਵਿੱਚ? ਬਿਕੋਜ਼ 2014 ਵਿੱਚ ਜਦੋਂ ਇਲੈਕਟ ਹੋਏ 272 ਸੀਟਸ ਦੇ ਨਾਲ, ਇੱਕ ਲਹਿਰ ਆ ਗਈ ਜਿਹਨੂੰ ਮੋਦੀ ਵੇਵ ਜਾਂ ਮੋਦੀ ਲਹਿਰ ਕਿਹਾ ਗਿਆ। ਉਸ ਵਕਤ ਸਿਰਫ ਨਾਰਾ ਸੀਗਾ ਮੋਦੀ ਮੋਦੀ ਮੋਦੀ, ਹੁਣ ਨਾਰਾ ਹੈਗਾ ਮੋਦੀ ਅਗੈਨ ਮੋਦੀ ਅਗੈਨ। ਇਹ ਅਗੈਨ ਕਿਉਂ ਮੰਗਿਆ ਜਾਂਦਾ ਹੈ? ਬਿਕੋਜ਼ ਜੋ ਵੀ ਲੋਕ ਇਹ ਮੰਗ ਕਰ ਰਹੇ ਹਨ, ਨੋਟ ਜਸਟ ਬੀਜੇਪੀ, ਸਿਰਫ ਬੀਜੇਪੀ ਦੀ ਗੱਲ ਨਹੀਂ ਕਰ ਰਹੀ ਹਾਂ ਮੈਂ, ਆਲ ਓਵਰ ਦਾ ਵਰਲਡ, ਉਹਨਾਂ ਨੇ ਇੱਕ ਇੰਡੀਆ ਨੂੰ ਐਸੇ ਸਤਰ 'ਤੇ ਲਾ ਕੇ ਰੱਖਤਾ ਹੈ ਕਿ ਜਿੱਥੇ ਸਭ ਨੂੰ ਪਤਾ ਲੱਗ ਰਿਹਾ ਹੈ ਕਿ ਨਾਓ ਇੰਡੀਆ ਇਜ਼ ਅੰਡਰ ਦਾ ਰੇਡਾਰ। ਆਵਰ ਪੋਜੀਸ਼ਨ ਐਜ਼ ਅ ਡਿਵੈਲਪਿੰਗ ਕੰਟਰੀ ਜਿੱਥੇ ਸੀ ਅਤੇ ਹੁਣ ਜਿੱਥੇ ਹੈ, ਬਹੁਤ ਫਰਕ ਹੈ। ਜਿੰਨੇ ਲੋਕ ਪਹਿਲੇ ਇੰਡੀਆ ਜਾਂਦੇ ਸੀ, ਜੋ ਉਹਨਾਂ ਦੀ ਇੰਪ੍ਰੈਸ਼ਨ ਹੁੰਦੀ ਸੀ, ਅੱਜ ਜਿਹੜੇ ਲੋਕ ਇੰਡੀਆ ਜਾਂਦੇ ਹਨ, ਅੱਜ ਭਾਵੇਂ ਅਸੀਂ ਆਪ ਜਾਂਦੇ ਹਾਂ, ਇੱਕ ਇੰਪ੍ਰੈਸ਼ਨ ਬਿਲਕੁਲ ਫਰਕ ਹੈ। ਤੁਹਾਡੇ ਜਿੰਨੇ ਪਹਿਲੇ ਜੋਬਸ ਹੁੰਦੇ ਸੀਗੇ, ਹੁਣ ਕਿੰਨੇ ਜੋਬਸ ਹਨ, ਬਹੁਤ ਫਰਕ ਹੈ। GDP ਵਿੱਚ ਬਹੁਤ ਫਰਕ ਹੈ, ਕਈ ਚੀਜ਼ਾਂ 'ਚ ਬਹੁਤ ਫਰਕ ਹੈ। ਜਦੋਂ ਤੁਹਾਨੂੰ ਇੱਕ ਪ੍ਰੋਗਰੈਸ ਨਜ਼ਰ ਆਉਂਦੀ ਹੈ, ਜਦੋਂ ਤੁਹਾਨੂੰ ਇੱਕ ਦੇਸ਼ ਅੱਗੇ ਜਾਂਦਾ ਹੋਇਆ ਨਜ਼ਰ ਆਉਂਦਾ ਹੈ, ਤਾਂ ਇੱਕ ਸ਼ਖਸ ਨੇ ਆਪਣੇ ਹਰ ਰੋਜ਼ 18 ਘੰਟੇ 19 ਘੰਟੇ ਲਗਾ ਕੇ ਵਿਦਆਊਟ ਫੇਲਿੰਗ ਟੂ ਸਟਾਪ ਟੇਕ ਵੈਕੇਸ਼ਨ ਟੂ ਟੇਕ ਅ ਬ੍ਰੇਕ, ਜਿੰਨੇ ਆਪਣੀ ਜਾਨ ਲਗਾ ਦਿੱਤੀ ਹੈ, ਵੀ ਵਾਂਟ ਹਿਮ ਅਗੇਨ। ਇਸ ਕਰਕੇ ਤੁਹਾਨੂੰ ਲੱਗਦਾ ਕਿ ਮੋਦੀ ਅਗੇਨ ਦੀ ਵੇਵ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਸ਼ੁਰੂ ਹੋ ਗਈ ਹੈ? ਸ਼ਾਲੂ ਸੂਰੀ ਚੋਪੜਾ, ਜਿਨ੍ਹਾਂ ਨੇ ਹਾਲ ਫਿਲਹਾਲ ਦੇ ਵਿੱਚ ਚੇਅਰਪਰਸਨ ਦਾ ਅਹੁਦਾ ਸਾਂਭਿਆ ਵੁਮੈਨ ਸੈੱਲ ਕਾਂਗਰਸ ਦਾ ਓਵਰਸੀਜ਼ ਦਾ, ਔਰ ਹੁਣੇ ਹੀ ਹਾਲ ਫਿਲਹਾਲ ਦੇ ਵਿੱਚ ਪੋਲੀਟਿਕਸ ਦੇ ਵਿੱਚ ਆਏ ਨੇ, ਜੁਆਇਨ ਕੀਤਾ, ਲੇਕਿਨ ਇਹਨਾਂ ਦੇ ਜਿਹੜੇ ਹਸਬੈਂਡ ਨੇ ਰਵੀ ਚੋਪੜਾ ਜੀ, ਉਹ ਫਾਈਨੈਂਸ ਦੇ ਚੇਅਰਮੈਨ ਹੈਗੇ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ, ਉਹ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਰਹੇ, ਔਰ ਵਾਈਸ ਪ੍ਰੈਜੀਡੈਂਟ ਦਾ ਵੀ ਉਹਨਾਂ ਨੇ ਨੇਸ਼ਨ ਵਾਈਡ ਅਹੁਦਾ ਸਾਂਭਿਆ, ਔਰ ਕਈ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਵੀ ਉਹ ਇੰਡੀਅਨ ਓਵਰਸੀਜ਼ ਕਾਂਗਰਸ ਦੇ ਰਹੇ। ਲੇਕਿਨ ਹੁਣ ਲੋੜ ਪਈ ਸ਼ਾਲੂ ਸੂਰੀ ਚੋਪੜਾ ਨੂੰ ਵੀ ਮੈਦਾਨ ਦੇ ਵਿੱਚ ਉਤਰਨ ਦੀ ਔਰ ਹਿਮਾਇਤ ਕਰਨ ਦੀ ਕਾਂਗਰਸ ਪਾਰਟੀ ਦੀ, ਔਰ ਖਾਸ ਤੌਰ ਦੇ ਉੱਤੇ ਪ੍ਰਿਯੰਕਾ ਗਾਂਧੀ ਦੀ ਔਰ ਰਾਹੁਲ ਗਾਂਧੀ ਦੀ। ਸ਼ਾਲੂ, ਤੁਸੀਂ ਕਿਉਂ ਜੁਆਇਨ ਕੀਤੀ ਪੋਲੀਟਿਕਸ ਔਰ ਤੁਹਾਨੂੰ ਕਿਉਂ ਲੋੜ ਪਈ ਕਾਂਗਰਸ ਨੂੰ ਕਾਂਗਰਸ ਦੀ ਹਿਮਾਇਤ ਕਰਨ ਦੀ? ਐਕਚੁਲੀ ਆਈ ਐਮ ਨੋਟ ਅ ਪੋਲੀਟੀਕਲ ਬੈਕਗਰਾਊਂਡ ਪਰਸਨ, ਮਤਲਬ ਮੈਂ ਬੜੀ ਸਿੰਪਲ ਹਾਊਸ ਵਾਈਫ ਲਾਈਕ ਫੈਮਲੀ ਨੂੰ ਬਿਲੋਂਗ ਕਰਦੀ ਹਾਂ, ਬਟ ਮੇਰੇ ਹਸਬੈਂਡ ਪੋਲੀਟਿਕਸ ਵਿੱਚ ਸੀ। ਬਟ ਉਹਨਾਂ ਦੇ ਨਾਲ ਜਾ ਕੇ ਮੈਂ ਇਹ ਰਿਲਾਈਜ਼ ਕੀਤਾ ਕਿ ਅਗਰ ਤੁਸੀਂ ਕੋਈ ਚੇਂਜ ਚਾਹੁੰਦੇ ਹੋ ਤਾਂ ਯੂ ਨੀਡ ਟੂ ਰੇਜ਼ ਅ ਵੋਇਸ, ਤੁਹਾਡੀ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ, ਤਦ ਹੀ ਤੁਸੀਂ ਆਪਣੀ ਸੋਚ ਦੂਸਰਿਆਂ ਤੱਕ ਭੇਜ ਸਕਦੇ ਹੋ। ਔਰ ਵੁਮੈਨਸ ਕਰਕੇ ਇਟਸ ਮੋਰ ਇੰਪੋਰਟੈਂਟ, ਕਿਉਂਕਿ ਵੁਮਨ ਮਾਂ ਹੈ, ਭੈਣ ਹੈ, ਬੇਟੀ ਹੈ। ਅਗਰ ਘਰ ਦੀ ਵੁਮੈਨ ਖੁਸ਼ ਰਹੇਗੀ ਤਾਂ ਉਹ ਆਪਣੇ ਬੱਚਿਆਂ ਨੂੰ ਖੁਸ਼ ਰੱਖੇਗੀ, ਆਪਣੇ ਹਸਬੈਂਡ ਨੂੰ ਖੁਸ਼ ਰੱਖੇਗੀ, ਆਪਣੀ ਫੈਮਿਲੀ ਨੂੰ ਖੁਸ਼ ਰੱਖੇਗੀ। ਅਗਰ ਉਹ ਆਪਣੀ ਫੈਮਿਲੀ ਨੂੰ ਖੁਸ਼ ਰੱਖੇਗੀ ਤਾਂ ਉਹ ਘਰ ਤੋਂ ਬਾਹਰ ਸੁਸਾਇਟੀ ਨੂੰ ਖੁਸ਼ ਰੱਖੇਗੀ। ਅਗਰ ਸੁਸਾਇਟੀ ਖੁਸ਼ ਹੋਏਗੀ ਤਾਂ ਸਿਟੀ ਖੁਸ਼ ਹੋਏਗੀ, ਸਿਟੀ ਖੁਸ਼ ਹੋਏਗੀ ਤਾਂ ਕੰਟਰੀ ਖੁਸ਼ ਹੋਏਗੀ। ਸੋ ਇਟਸ ਆਲ ਕਨੈਕਟਡ, ਕਿਉਂਕਿ ਘਰੋਂ ਹੀ ਸਾਰੀਆਂ ਖੁਸ਼ੀਆਂ ਜਾਂਦੀਆਂ ਬਾਹਰ। ਸੋ ਉਹਨਾਂ ਦੀ ਅਪਬ੍ਰਿੰਗਿੰਗ, ਬੱਚਿਆਂ ਨੂੰ ਸਮਝਾਉਣਾ, ਉਹਨਾਂ ਨੂੰ ਸੰਸਕਾਰ ਦੇਣਾ, ਔਰ ਲਾਈਕ ਮੈਨੂੰ ਲੱਗਦਾ ਸੀ ਕਿ ਅਗਰ ਮੈਂ ਕੁਛ ਕਰਨਾ ਚਾਹੁੰਦੀ ਹਾਂ ਤਾਂ ਮੈਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਏਗੀ। ਲੇਕਿਨ ਪ੍ਰਿਯੰਕਾ ਗਾਂਧੀ ਨੂੰ ਐਕਟਿਵ ਦੇਖ ਕੇ ਵੁਮੈਨਸ ਵਿੱਚ ਬਹੁਤ ਜ਼ਿਆਦਾ ਹਿੰਮਤ ਆਈ ਹੈ, ਔਰ ਅੱਜ ਤੁਸੀਂ ਦੇਖ ਰਹੇ ਹੋ ਮੇਰੀਆਂ ਕਿੰਨੀਆਂ ਭੈਣਾਂ ਸਾਹਮਣੇ ਮੇਰੇ ਨਾਲ ਖੜੀਆਂ ਹੈ। ਮੈਂ ਤਾਂ ਇੱਕ ਹਾਂ, ਲੇਕਿਨ ਇਹਨਾਂ ਨੇ ਮੈਨੂੰ 100 ਹੱਥ ਦਿੱਤੇ। ਸੋ ਜੋ ਮੇਰੀ ਸੋਚ ਹੈ ਮੇਰੇ ਇਕੱਲੇ ਦੀ ਸੀ, ਲੇਕਿਨ ਅੱਜ ਮੇਰੇ ਨਾਲ ਇੰਨੇ ਸਾਰੇ ਲੋਕ ਇੱਥੇ ਬੈਠੇ ਹੈ, ਵੀਕ ਡੇ ਹੋਣ ਤੋਂ ਬਾਅਦ ਵੀ ਉਹ ਆਉਣਾ ਚਾਹੁੰਦੇ ਸੀ, ਆਪਣਾ ਸਮਰਥਨ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਵੁਮੈਨਸ ਅੱਗੇ ਆਉਣਾ ਚਾਹੁੰਦੀਆਂ, ਅਸੀਂ ਇੰਡੀਆ ਵਿੱਚ ਬੈਠੀਆਂ ਵੁਮੈਨਸ ਨੂੰ ਸਪੋਰਟ ਕਰ ਰਹੀਆਂ ਵਾਂ, ਉਹਨਾਂ ਨੂੰ ਕਿਸੇ ਟਾਈਪ ਦੀ ਹੈਲਪ ਚਾਹੀਦੀ ਹੈ, ਦੇ ਆਰ ਦੇਅਰ। ਔਰ ਇਸ ਵੀਕ ਡੇ ਵਿੱਚ ਜੋ ਲੋਕ ਕੰਮ ਕਰਦੇ ਹਨ, ਸਿੰਪਲ ਲਾਈਫ, ਇਹ ਸਾਰੇ ਸਿੰਪਲ ਵਰਕਿੰਗ ਫੈਮਲੀਜ਼ ਹੈ। ਦੈਨ ਵਾਈ ਕਾਂਗਰਸ? ਕਾਂਗਰਸ ਇਸ ਕਰਕੇ ਆਇਆ ਕਿਉਂਕਿ ਕਾਂਗਰਸ ਨੇ ਜਦੋਂ ਆਪਣਾ ਮੈਨੀਫੈਸਟੋ ਲਾਂਚ ਕੀਤਾ, ਉਹਨਾਂ ਨੇ ਗਰਾਊਂਡ ਲੈਵਲ 'ਤੇ ਲਾਂਚ ਕੀਤਾ, ਰਾਈਟ? ਉਹਨਾਂ ਨੇ 24 ਸਿਟੀਜ਼ ਜਾਂ ਲਾਈਕ ਇਟਸ ਨੋਟ ਓਨਲੀ ਦਾ ਸਿਟੀਜ਼ ਬਟ ਦੇ ਆਲਸੋ, ਉਹਨਾਂ ਨੇ NRI ਕੰਟਰੀਜ਼, ਮੋਰ ਦੈਨ 12 ਕੰਟਰੀਜ਼ ਨੂੰ NRI ਲੋਕਾਂ ਨੂੰ ਉਹਦੇ ਵਿੱਚ ਸ਼ਾਮਿਲ ਕੀਤਾ, ਉਹਨਾਂ ਦੇ ਵਿਊਜ਼ ਲਿੱਤੇ, ਜੋ
ਕਾਂਗਰਸ ਦਾ ਮੈਨੀਫੈਸਟੋ ਆਫ 2019 ਹੈ ਉਹ ਆਮ ਸੋਚ ਦੇ ਉੱਤੇ ਹੈ ਜੋ ਇੰਡੀਆ ਰਾਈਟ ਨਾਓ ਹੈ ਇੰਡੀਆ ਨੂੰ ਕੀ ਚਾਹੀਦਾ ਜੋਬਸ ਚਾਹੀਦੀਆਂ ਇੰਡੀਆ ਨੂੰ ਕੀ ਚਾਹੀਦਾ ਵੂਮਨ ਦੀ ਪ੍ਰੋਟੈਕਸ਼ਨ ਚਾਹੀਦੀ ਹੈ ਐਜੂਕੇਸ਼ਨ ਚਾਹੀਦੀ ਹੈ ਕਿਸਾਨ ਦੇ ਵਾਸਤੇ ਉਹਨਾਂ ਨੂੰ ਚਾਹੀਦਾ ਕਿ ਦੇ ਡੋਂਟ ਵਾਂਟ ਕਿ ਉਹਨਾਂ ਨੂੰ ਸਲੈਮ ਹੋਏ ਕਿ ਕ੍ਰਿਮੀਨਲ ਅਗਰ ਉਹ ਆਪਣੇ ਡਿਫਾਲਟ ਹੈ ਲੋਨ 'ਚ ਅਤੇ ਉਹਨਾਂ ਨੂੰ ਸਲੈਮ ਨਾ ਹੋਏ ਰਾਈਟ ਮਤਲਬ ਬੇਸਿਕ ਜੋ ਆਮ ਬੰਦਾ ਉੱਥੇ ਫੀਲ ਕਰਦਾ ਉਹਨਾਂ ਨੇ ਕੋਈ ਨੋਟ ਔਨ ਦਾ ਲਾਈਕ ਬਿਗ ਲੈਵਲ ਬਟ ਉਹਨਾਂ ਨੇ ਹਰ ਛੋਟੇ ਬੰਦੇ ਦੀ ਸੋਚ ਨੂੰ ਆਪਣੇ ਮੈਨੀਫੈਸਟੋ 'ਚ ਲੈ ਕੇ ਆਏ ਠੀਕ ਹੈ ਸ਼ਾਲੂ ਜੀ ਤੁਸੀਂ ਆਪਣੀ ਗੱਲ ਰੱਖੀ ਨੀਲਮਾ ਜੀ ਇਹ ਕਹਿੰਦੇ ਕਿ ਉੱਥੇ ਬੰਦਿਆਂ ਨੂੰ ਕੰਮ ਹੀ ਨਹੀਂ ਮਿਲਿਆ ਤੇ ਮੋਦੀ ਜੀ ਨਹੀਂ ਦੇ ਪਾਏ ਉੱਥੇ ਨੋ ਆਈ ਐਮ ਗੋਇੰਗ ਟੂ ਟੇਕ ਅਨਦਰ ਐਂਗਲ ਮੈਂ ਇੱਕ ਅਲੱਗ ਤਰੀਕੇ ਨਾਲ ਇਹਨਾਂ ਦੀ ਗੱਲ ਪੇਸ਼ ਕਰਨੀ ਆ ਦ ਫਸਟ ਸੈਗਮੈਂਟ ਸ਼ੀ ਸਪੋਕ ਅਲੋਟ ਅਬਾਊਟ ਵਟ ਇਜ਼ ਦੀ ਪਾਰਟੀਸੀਪੇਸ਼ਨ ਆਫ ਅ ਵੂਮਨ ਵਾਈ ਪੋਲੀਟਿਕਸ ਪੋਲੀਟਿਕਸ ਜਦੋਂ ਔਰਤਾਂ ਆਉਂਦੀਆਂ ਹਨ ਤਾਂ ਕੀ ਫਰਕ ਪੈਂਦਾ ਹੈ ਨਾਲੇ ਉਹਨਾਂ ਨੇ ਕਿਹਾ ਕਿ ਪ੍ਰਿਯੰਕਾ ਦੀ ਜਦੋਂ ਆਵਾਜ਼ ਆਈ ਉਸ ਤੋਂ ਪਿੱਛੇ ਹੋਰ ਔਰਤਾਂ ਸਸ਼ਕਤ ਹੋਈਆਂ ਕਿ ਉਹਨਾਂ ਨੇ ਕਿਸ ਤਰ੍ਹਾਂ ਅੱਗੇ ਜਾਣਾ ਹੈ ਅਤੇ ਕਿਸ ਤਰ੍ਹਾਂ ਅੱਗੇ ਵਧਣਾ ਹੈ ਫਸਟ ਥਿੰਗ ਫਸਟ ਵਿਮਨ ਇੰਪਾਵਰਮੈਂਟ ਔਰ ਵਿਮਨ ਇਨ ਪਾਵਰ ਵਿਮਨ ਇਨ ਪੋਲੀਟਿਕਸ ਵਿਮਨ ਇਨ ਦ ਫੋਰਫਰੰਟ ਵਿਮਨ ਇਨ ਜੋਬਸ ਇਹ ਅੱਜ ਦੀ ਗੱਲ ਨਹੀਂ ਹੈ ਇਹ ਤਾਂ ਸਦੀਆਂ ਪੁਰਾਣੀ ਗੱਲ ਹੈ ਜਦੋਂ ਵਿਮਨ ਸਟਾਰਟਡ ਬਿਕਮਿੰਗ ਡਾਕਟਰਸ ਯੂ ਗੋ ਬੈਕ ਟੂ ਸਰੋਜਨੀ ਨਾਇਡੂ ਗੋ ਬੈਕ ਟੂ ਇਟਸ ਨਾਟ ਸਮਥਿੰਗ ਦੈਟ ਇਜ਼ ਹੈਪਨਿੰਗ ਨਾਓ ਦਿਸ ਇਹ ਤਾਂ ਸਦੀਆਂ ਦੀ ਚੱਲੀ ਆ ਰਹੀ ਹੈ ਇੰਪਰੂਵਿੰਗ ਲਾਈਵਸ ਆਫ ਵਿਮਨ ਉਹ ਕਿਸ ਤਰ੍ਹਾਂ ਕੀਤਾ ਹਾਊ ਡੂ ਯੂ ਇੰਪਰੂਵ ਲਾਈਵਸ ਆਫ ਵਿਮਨ ਉਹਨਾਂ ਨੂੰ ਕਿਸ ਤਰ੍ਹਾਂ ਅੱਗੇ ਲਾਈਦਾ ਹੈ ਮੋਦੀ ਸਰਕਾਰ ਜਿਹੜਾ ਇੱਕ ਵੱਡਾ ਚੇਂਜ ਆਇਆ ਮੈਂ ਇੱਕ ਬੇਸਿਕ ਮੁੱਦਾ ਲਾਂਗੀ ਜਿਹੜਾ ਟੋਇਲਟਸ ਦਾ ਮੁੱਦਾ ਹੋਇਆ ਸੀਗਾ ਹਾਊ ਇਜ਼ ਦੈਟ ਇੰਪੋਰਟੈਂਟ ਕਿਸ ਤਰ੍ਹਾਂ ਉਹ ਲਿੰਕ ਹੁੰਦਾ ਔਰਤਾਂ ਨੂੰ ਜਦੋਂ ਸਕੂਲ ਜਾਣਾ ਸੀਗਾ ਜੁਆਇੰਟ ਮਤਲਬ ਮੇਲ ਫੀਮੇਲ ਦੇ ਇੱਕੋ ਜਿਹੇ ਬਾਥਰੂਮ ਹੁੰਦੇ ਸੀਗੇ ਆਫਟਰ ਅ ਸਰਟਨ ਏਜ ਜਦੋਂ ਟੀਨੇਜਰ ਬਣ ਜਾਂਦੀਆਂ ਉਹ ਅਨਕੰਫਰਟੇਬਲ ਫੀਲ ਕਰਦੀਆਂ ਹਨ ਮਾਂ ਬਾਪ ਵੀ ਅਨਕੰਫਰਟੇਬਲ ਫੀਲ ਕਰਦੇ ਹਨ ਉਹਨਾਂ ਨੇ ਬੱਚੀਆਂ ਨੂੰ ਪੜ੍ਹਾਉਣਾ ਹੀ ਬੰਦ ਕਰਤਾ ਠੀਕ ਹੈ ਸੋ ਇਫ ਯੂ ਪ੍ਰੋਵਾਈਡ ਅ ਸੈਪਰੇਟ ਬਾਥਰੂਮ ਨਾਓ ਦੇ ਕੈਨ ਕੋਨਫੀਡੈਂਟਲੀ ਗੋ ਨਾਓ ਦੇ ਕੈਨ ਕੰਟੀਨਿਊ ਦੇਅਰ ਐਜੂਕੇਸ਼ਨ ਕੰਟੀਨਿਊ ਕਰ ਸਕਦੇ ਹਨ ਅੱਗੇ ਪੜ੍ਹ ਸਕਦੇ ਹਨ ਜਦੋਂ ਤੁਹਾਡੀ ਧੀ ਅੱਗੇ ਪੜ੍ਹੇਗੀ ਤਾਂ ਹੀ ਇਹਨਾਂ ਦੇ ਜਿਹੜੇ ਜਿੰਨੇ ਸੁਪਨੇ ਹਨ ਕਿ ਅੱਗੇ ਪੜ੍ਹੇਗੀ ਉਹ ਸਸ਼ਕਤ ਹੋਏਗੀ ਪਰਿਵਾਰ ਸਸ਼ਕਤ ਹੋਏਗਾ ਸਿਟੀ ਹੈਪੀ ਹੋਏਗੀ ਟਾਊਨ ਹੈਪੀ ਹੋਏ ਦੈਟ ਇਜ਼ ਅ ਪ੍ਰੋਲੀਫਰੇਸ਼ਨ ਦੈਟ ਕਮਸ ਫਰੋਮ ਦੇਅਰ ਅਗਰ ਔਰਤਾਂ ਨੂੰ ਸਾਈਕਲ 'ਤੇ ਜਾਣਾ ਹੋਇਆ ਪੈਦਲ ਚੱਲ ਕੇ ਜਾਣਾ ਹੋਇਆ ਰਸਤੇ ਹੀ ਨਹੀਂ ਹਨ ਵਿਦਆਊਟ ਰੋਡਸ ਕਿਸ ਤਰ੍ਹਾਂ ਜਾਣਗੀਆਂ ਰਸਤੇ ਬਣੇ ਹਨ ਅਗਰ ਔਰਤਾਂ ਨੂੰ ਕਈ ਲੋ ਜਿਸ ਤਰ੍ਹਾਂ ਸ਼ੈਡਿਊਲ ਕਾਸਟ ਸ਼ੈਡਿਊਲ ਟ੍ਰਾਈਬਸ ਦੀਆਂ ਔਰਤਾਂ ਹਨ ਉਹਨਾਂ ਵਾਸਤੇ ਆਰਕਸ਼ਣ ਨਾ ਹੋਇਆ ਉਹਨਾਂ ਨੂੰ ਐਡਮਿਸ਼ਨਸ ਹੀ ਨਹੀਂ ਮਿਲਦੀਆਂ ਦੇ ਕੈਨ ਨੈਵਰ ਕੰਪਲੀਟ ਦੇ ਕੈਨ ਨੈਵਰ ਕਮ ਫੋਰਵਰਡ ਸੋ ਵਟ ਆਈ ਐਮ ਸੇਇੰਗ ਨੋ ਬੇਟੀ ਬਚਾਓ ਬੇਟੀ ਬੇਟੀ ਪੜ੍ਹਾਓ ਬਚਾਓ ਇਜ਼ ਅ ਡਿਫਰੈਂਟ ਸੈਕਸ਼ਨ ਪੜ੍ਹਾਓ ਇਜ਼ ਅ ਡਿਫਰੈਂਟ ਪੜ੍ਹਾਓ ਇਜ਼ ਦ ਐਜੂਕੇਸ਼ਨ ਪਾਰਟ ਆਫ ਇਟ ਚਲੋ ਉਹ ਵੀ ਦੇਖ ਲਾਂਗੇ ਕਿ ਉਹਦੇ ਵਿੱਚ ਕੀ ਮੋਦੀ ਸਰਕਾਰ ਨੇ ਕੀ ਕੀਤਾ ਉਹ ਵੀ ਤੁਹਾਡੇ ਤੋਂ ਆਪਾਂ ਜਵਾਬ ਜ਼ਰੂਰ ਲੈ ਲਵਾਂਗੇ ਔਰ ਕਾਂਗਰਸ ਨੂੰ ਉਹਦੇ ਉੱਤੇ ਕੀ ਕਹਿਣਾ ਇਹਦਾ ਵੀ ਜਵਾਬ ਆਪਾਂ ਜ਼ਰੂਰ ਲਵਾਂਗੇ ਫਿਲਹਾਲ ਮੈਂ ਇੱਕ ਨਿੱਕੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਿਹਾ ਹਾਂ ਜਦ ਬ੍ਰੇਕ ਤੋਂ ਬਾਅਦ ਆਵਾਂਗਾ ਤਾਂ ਲਵਾਂਗਾ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਅਤੇ ਮੁੜ ਤੋਂ ਹਾਜ਼ਰ ਹਾਂ ਜੀ ਅਸੀਂ ਬ੍ਰੇਕ ਤੋਂ ਬਾਅਦ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਦੇ ਰੀਪ੍ਰਜੈਂਟੇਟਿਵ ਵੁਮੈਨ ਸੈੱਲ ਦੇ ਉਹ ਪਹੁੰਚੇ ਹੋਏ ਹਨ ਬੀ ਜੇ ਪੀ ਦੇ ਜਿਹੜੇ ਰੀਪ੍ਰਜੈਂਟੇਟਿਵ ਹਨ ਵੁਮੈਨ ਸੈੱਲ ਦੇ ਖਾਸ ਤੌਰ 'ਤੇ ਨੈਸ਼ਨਲ ਜਨਰਲ ਸਕੱਟਰੀ ਹਨ ਆਫ ਬੀ ਜੇ ਪੀ ਦੇ ਨੀਲਮਾ ਮੈਦਾਨ ਜੀ ਸ਼ਾਲੂ ਸੂਰੀ ਚੋਪੜਾ ਜੀ ਲੇਕਿਨ ਅਸੀਂ ਗੱਲ ਕਰ ਰਹੇ ਸੀਗੇ ਵਾਈ ਵੀ ਨੀਡ ਵੁਮੈਨ ਇਨ ਪੋਲੀਟਿਕਸ ਸਾਡੀ ਮਹਿਲਾਵਾਂ ਨੂੰ ਕਿਉਂ ਲੋੜ ਪੈ ਗਈ ਪੋਲੀਟਿਕਸ ਦੇ ਵਿੱਚ ਆਉਣ ਦੀ ਇਹ ਗੱਲਬਾਤ ਤਾਂ ਹੋ ਗਈ ਲੇਕਿਨ ਜਿਹੜੇ ਸਾਡੇ ਮੈਨਸ ਹਨ ਜਿਹੜੇ ਸਾਡੇ ਪੁਰਸ਼ ਹਨ ਸਾਡੇ ਭਰਾ ਹਨ ਉਹ ਆਲਰੇਡੀ ਹੀ ਹਿੱਸਾ ਹਨ ਪੋਲੀਟਿਕਸ ਦੇ ਅਤੇ ਹੁਣ ਮੇਰੇ ਨਾਲ ਇਸ ਟਾਈਮ ਫੋਨ ਲਾਈਨ ਦੇ ਉੱਤੇ ਮੌਜੂਦ ਹਨ ਮੋਹਿੰਦਰ ਸਿੰਘ ਗਿੱਲ ਜੀ ਆ ਜੋ ਕਿ ਪ੍ਰੈਜ਼ੀਡੈਂਟ ਹਨ ਇੰਡੀਅਨ ਓਵਰਸੀਜ਼ ਕਾਂਗਰਸ ਦੇ ਔਰ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਹਨ ਅਦੱਪਾ ਪ੍ਰਸਾਦ ਜੋ ਕਿ ਵਾਈਸ ਪ੍ਰੈਜ਼ੀਡੈਂਟ ਹਨ ਬੀ ਜੇ ਪੀ ਓਵਰਸੀਜ਼ ਦੇ ਅਤੇ ਦੋਨੋਂ ਸਾਡੇ ਨਾਲ ਅੱਜ ਇਸ ਮੰਚ ਦੇ ਵਿੱਚ ਫੋਨ ਲਾਈਨ ਦੇ ਰਾਹੀਂ ਜੁੜੇ ਹਨ ਤੁਹਾਡਾ ਦੋਨਾਂ ਦਾ ਮੈਂ ਸਵਾਗਤ ਕਰਦਾ ਜੀ ਸਾਡੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਮੈਂ ਸਭ ਤੋਂ ਪਹਿਲਾ ਸਵਾਲ ਥੈਂਕ ਯੂ ਮੋਹਿੰਦਰ ਸਿੰਘ ਜੀ ਮੈਂ ਸਭ ਤੋਂ ਪਹਿਲਾਂ ਸਵਾਲ ਲੈਣਾ ਚਾਹਾਂਗਾ ਅਦੱਪਾ ਪ੍ਰਸਾਦ ਜੀ ਤੋਂ ਅਦੱਪਾ ਜੀ ਕਿਉਂ ਵੇਵ ਦੀ ਲੋੜ ਪੈ ਗਈ ਮੋਦੀ ਅਗੇਨ I mean, Modi has done, वो तो ऑल राउंड डेवलपमेंट किया है इस पांच साल में जो पहले सात साल में नहीं हो सका वो किए हैं तो इसलिए सारे लोगों का मांग है कि मोदी जी आए फिर से
और वो जो भी काम बचा है वो कंप्लीट करे। ठीक है जी, मोहिंदर सिंह जी जो काम बचा है वो कंप्लीट करने की गल कर रहे ने। देखो जी, पूरी दुनिया जानती है 5 साल से साडे सत्कारयोग प्रधानमंत्री नरेंद्र मोदी जी ने की किया है। जी बारे कोई ज्यादा डिटेल दुनिया बखूबी नाल जानती है। प्रोग्रेसिव नहीं होए मोदी नू, जिस तरीके नाल मोदी आए सीगे वो काम नहीं कर पाए। मोहिंदर जी जो बोल रहे हैं हंसने लायक है और सारे लोग हंस रहे हैं क्योंकि 60 साल में जो नहीं हो पाया है, पूरा आंकड़े हैं, स्टैटिस्टिक्स है, उन्होंने क्या नहीं किया है। यू टेक इट एनीथिंग, मुद्रा योजना हो, एलपीजी गैस सिलेंडर का हो पूर पीपल के लिए, और इतने करोड़ 700 to 800 million पीपल आर हैविंग देयर ओन अकाउंट्स, उससे ज्यादा क्या चाहिए। और रेलवे देख लीजिए, और आज हिंदुस्तान का पोजीशन देख लीजिए पूरा विश्व में, मतलब ईज ऑफ डूइंग बिजनेस है, इकॉनमी है, यू नेम एनीथिंग, आई मीन दैट्स व्हाई आई कॉल ऑल राउंड डेवलपमेंट। आप जो भी पैरामीटर ले लीजिए, उन्होंने बहुत खूब मेहनत की है, पूरा करप्शन कम हुआ है, जो 10 साल मनमोहन सिंह गवर्नमेंट में जो करप्शन था, स्कैम्स था, तो वो नहीं हुआ है, तो आगे बढ़ रही है और लोग भी प्रसन्न हैं। अब देखिएगा मोदी जी फिर से आ रहे हैं, बीजेपी बहुमत से जीतने वाली है। मोहिंदर सिंह जी, तुहाडे प्रधानमंत्री राहुल गांधी उम्मीदवार जिहड़े तुसीं थापे हन, उन्हां दे विच की खासियत है? उह ते कह रहे ने कि मोदी मुड़ तो आ रहे ने। देखो जी, गल बड़ी क्लियर है, असीं कांग्रेस पार्टी सारिआं नूं सारे धर्मां नूं कलावे च लै के चलदी है, ते साडा जिहड़ा प्रधानमंत्री सिर्फ जिहड़ी मौजूदा इलैक्शन है धर्म दे नाल लड़ रहा है, हिंदू मुस्लिम नूं लड़ा रहा है। देखो जी, वह 5 सालों जिहड़े कीते काम सी उन्हां दे नां दे इलैक्शन क्यों नहीं लड़ रहा? उन्हें जदों पिछली इलैक्शन लड़ी सी 2013 च, 1 साल लगातार उन्हें प्रचार किया, अरबां रुपए खर्च किए सन, जिहड़े हिंदुस्तान के वड्डे इंडस्ट्री सन उन्होंने अरबां रुपए लाए उत्ते उन्हें प्रमोट किया, ते उन्हां नूं उन्हें 5 साल सिर्फ उन्हां अमीरां नूं खुश कीता है और कोई काम नहीं किया। गरीब का लक तोड़ के रख दिता है, मजदूर का लक तोड़ के रखता है, किसान का लक तोड़ के रखता है, जवान का लक तोड़ के रखता है, और कहिंदा पकौड़े तलो, तो पकौड़े जे सारे नौजवान पकौड़े तलन लग पे तो खाएगा कौन? खाने वाले भी होने चाहिए ने नी। अदप्पा जी, मैं समझने की कोशिश कर रहा हूँ क्योंकि वे पंजाबी में बात कर रहे हैं। मैं किसमें, आप किसमें, हिंदी में करूँ, इंग्लिश में? कह रहे हैं कि पकोड़े तलने की बात कर रहे हैं प्रधानमंत्री मोदी, और सबको कह रहे हैं कि पकोड़े तलो और खाएगा कौन? हाँ, तो ये कहने वाली बात है, पकोड़े तलने के लिए पूरे भारत में के लिए थोड़ी बोल रहे हैं, सो स्किल डेवलपमेंट भी शुरू किया है, पकोड़ा तलने के लिए इसलिए बोल रहे हैं, वो भी एक बिजनेस है, तो इसी सिलसिले में बोले हैं। मगर कांग्रेस ने क्या किया, गरीबी हटाओ 1970 में भी बोला और अभी भी बोल रहे हैं, इसका मतलब ये पूरे 50 साल में उन्होंने कुछ किया ही नहीं है गरीबों के लिए। तो आज बात करते हैं पकोड़े और समोसे के बारे में। नहीं भाई साहब, कैसे साठ साल में किया नहीं है और पूरे दुनिया के मुकाबले में कैसा आ गया? हमारी जो यूपीए फर्स्ट और यूपीए सेकंड थी, और 2000 में कुछ ज्यादा है, जब 2011 में डॉक्टर मनमोहन सिंह जी प्रधानमंत्री थे, डबल हमारी जीडीपी डबल डिजिट में थी, 11.3% जीडीपी थी हमारी। तो आप अपने मोदी की सरकार में पिछले 5 साल में बताओ, 5 से 6% तक रही है जीडीपी आपकी? पूरा भारत में उनका स्कैम से इतना, मतलब 10 साल बात सुनो, 10 साल लगातार सरकार थी, और उसका इन्फ्लेशन देखिए, इन्फ्लेशन की बात कीजिए ना। नहीं, 10 साल
साल सरकार थी यूपीए की, कुछ काम हुए कुछ नहीं हुए, तो उसी की वजह से जब एक साल पहले 2013-14 की इलेक्शन से एक साल पहले मोदी जी ने जितने बड़े बड़े इंडस्ट्री वाले से, चलो मैं कहना जो हुआ, हाउ इंडिया कैन बी प्रोग्रेसिव, मोहिंदर सिंह जी राहुल गांधी दे विच की खासियत है? मेरी खासियत गल सुन लो, कि जिहड़ा हुण तुसीं जिहड़ा इलेक्शन मैनीफेस्टो तैयार होया तुसीं पढ़ लो ध्यान नाल, उहदे च सारे हिंदुस्तानी दर्द है, उहदे च पंजाब दे हिंदुस्तान दे किसान दी दर्द है, हिंदुस्तान दे जवान दी दर्द है, हिंदुस्तान दे छोटे बिजनेसमैन दी दर्द है, उह सारे लोकां नूं नाल लैके चलेगा। और कांग्रेस पार्टी इस गल दी गारंटी देंदी है कि जिहड़ा 72,000 वाला गरीब वास्ते उन्होंने जिहड़ी 20% साडी हिंदुस्तान दी पापुलेशन है जिहड़ी बिलो पावर्टी लाइन बीपीएल जिहनूं कहिंदे आ ਉਹਦੇ ਥੱਲੇ ਰਹਿੰਦੀ, ਉਹਨੂੰ 72,000 ਰੁਪਏ ਦੀ ਜਿਹੜੀ ਗਾਰੰਟੀ ਦਿੱਤੀ ਸਾਡੇ ਆਰਥਿਕ ਮਾਹਰ ਨੇ ਜਿਹੜੇ ਕਾਂਗਰਸ ਪਾਰਟੀ ਦੇ, ਉਹਨਾਂ ਬੜੀ ਸੋਚ ਵਿਚਾਰ ਕੇ। ਚਲੋ ਮੈਂ ਡਿਬੇਟ ਨੂੰ ਦੂਜੇ ਪਾਸੇ ਨਹੀਂ ਲਿਆਉਣਾ ਚਾਹੁੰਦਾ, ਲੇਕਿਨ ਇਹ ਸਭ ਕੁਝ ਇਲੈਕਸ਼ਨਾਂ ਤੋਂ ਪਹਿਲੇ ਕਿ ਵੱਡੇ ਵੱਡੇ ਐਲਾਨ ਹੁੰਦੇ ਹਨ। ਨਹੀਂ ਜਿੱਦ ਕੋਲ ਹੁਣ ਲੋਕਾਂ ਕੋਲ ਜਾਓ, ਕੁਛ ਲੈ ਕੇ ਜਾਓਗੇ, ਅਸੀਂ ਕੀ ਕਰਾਂਗੇ, ਆਉਣਾ 5 ਸਾਲਾਂ 'ਚ ਇਹੀ ਕਰਾਂਗੇ। ਹੁਣ ਮੈਂ ਇੱਕ ਗੱਲ ਕਰਨਾ ਆਪਣੇ ਜਿਹੜੇ ਬੀਜੇਪੀ ਦੇ ਵਾਈਸ ਪ੍ਰੈਜੀਡੈਂਟ ਨੇ, ਉਹਨਾਂ ਨੂੰ ਪੁੱਛਣਾ ਚਾਹੁੰਦਾ, ਆਸਕਿੰਗ ਟੂ ਹਿਮ, ਉਹ ਜੋ ਉਸਨੇ 5 ਸਾਲ ਕੰਮ ਕੀਏ ਮੋਦੀ ਸਰਕਾਰ ਨੇ, ਉਸ ਕੰਮ ਕੇ ਵਿਆਹ ਪਰ ਕਿਉਂ ਨਹੀਂ ਜਾ ਰਹੀ ਇਲੈਕਸ਼ਨ ਮੇਂ? ਨੋਟਬੰਦੀ ਕੀਆ, GST ਲਗਾਇਆ, ਬਲੈਕ ਮਨੀ ਬੋਲਤੇ ਤੇ ਜਿਤਨਾ ਮੈਂ ਪੂਰੇ ਦੇਸ਼ ਮੈਂ ਬੜਾ ਵਾਪਸ ਲੈ ਕੇ ਆਉਂ, ਕਹਾਂ ਗਿਆ ਬਲੈਕ ਮਨੀ, ਕਹਾਂ ਗਿਆ 15-15 ਲੱਖ ਰੁਪਏ। ਪਹਿਲੀ ਬਾਤ ਇਹ ਹੈ ਕਿ 15-15 ਲੱਖ ਰੁਪਿਆ ਦਲਾਰੀ ਕੇ ਸਾਥ ਨਹੀਂ ਜਾ ਰਹਾ ਹੈ, ਸੀਧਾ ਪੈਸਾ ਉਨ੍ਹੀਂ ਕੇ ਅਕਾਊਂਟ ਮੇਂ ਜਾ ਰਹਾ ਹੈ, ਕੇਵਲ ਬੋਲਨੇ ਕੇ ਲੀਏ। ਰਾਹੁਲ ਗਾਂਧੀ ਕੁਛ ਵੀ ਬੋਲਤੇ ਰਹਤੇ ਹੈ, ਕਾਂਗਰੇਸ ਕੁਛ ਵੀ ਬੋਲਤੇ ਹੈ, ਝੂਠ ਵੀ ਝੂਠ ਬੋਲਤੇ ਹੈ। ਭਾਈ ਸਾਹਿਬ ਬੋਲਨੇ ਕੀ ਬਾਤ ਨਹੀਂ ਹੈ, ਪ੍ਰੂਫ ਹੈ, ਪਹਿਲੀ ਵਾਰ ਝੂਠ ਕੇ ਬੋਲਾ, ਝੂਠ ਕੇ ਬਿਨਾਂ ਆਪ ਕੁਛ ਬੋਲਨਾ ਵੀ ਨਹੀਂ ਆਤਾ ਹੈ। ਨਹੀਂ ਨਹੀਂ ਬਾਤ ਸੁਣੋ, ਬਾਤ ਸੁਣੋ ਭਾਈ ਸਾਹਿਬ, ਪਾਕਿਸਤਾਨ ਅਟੈਕ ਕਰਤੀ ਹੈ ਤੋ ਆਪ ਲੋਗ ਬੋਲਤੇ ਹੈ ਕਿ ਪਾਕਿਸਤਾਨ ਅਟੈਕ ਕੀਆ ਹੀ ਨਹੀਂ ਹੈ, ਵੋ ਹਮਾਰਾ ਭਾਈ ਹੈ, ਔਰ ਭਾਰਤ ਜਵਾਬ ਦੇਤੀ ਹੈ ਤੋ ਫਿਰ ਵੋ ਬੋਲਤਾ ਹੈ ਕਿ ਉਸਕਾ ਪ੍ਰੂਫ ਦਿਖਾਓ, ਇਹ ਕੈਸੇ ਮਤਲਬ ਸਿਕਿਉਰਿਟੀ ਬਾਤ ਹੈ ਯਾ ਕੋਈ ਝੂਠ ਦੇ ਝੂਠ, ਔਰ ਰਾਫੇਲ ਕਰਕੇ ਝੂਠ ਕੀ ਨਹੀਂ ਹਰ ਹਾਲਾ ਭਾਈ ਸਾਹਿਬ, ਹਰ ਨਾਗਰਿਕ ਦਾ ਹੱਕ ਬਣਦਾ ਹੈ ਕਿ ਜੇ ਟਾਈਮ ਹੋਆ ਕਿਤਨੇ ਆਦਮੀ ਮਰੇ ਕੈਸਾ ਹੋਆ, ਉਸ ਦੇ ਹਰ ਆਦਮੀ ਨੂੰ ਹੱਕ ਹੈ, ਹਰ ਸ਼ਹਿਰੀ ਕੋ ਹੱਕ ਹੈ। ਠੀਕ ਹੈ ਜੀ, ਠੀਕ ਹੈ ਜੀ, ਆਰੋਪ ਤੇ ਆਰੋਪ ਦੀ ਰਾਜਨੀਤੀ ਹੋ ਗਈ। ਰਾਹੁਲ ਗਾਂਧੀ ਸਿੰਘ ਜੀ ਅਦੱਪਾ ਜੀ ਬੋਲਨੇ ਮੇ ਮਾਹਿਰ ਹੈ, ਉਹ ਵੀ ਟ੍ਰੇਨਡ ਝੂਠਾ ਹੈ। ਬਾਤ ਸੁਣੋ ਇੱਕ ਮਿੰਟ, ਭਾਈ ਸਾਹਿਬ ਕਹਿੰਦੇ ਕਰਪਸ਼ਨ ਨਹੀਂ ਕੀਆ ਮੋਦੀ ਜੀ ਨੇ, ਮੇਰੇ ਪਾਸ ਕਰਪਸ਼ਨ ਕੇ ਪ੍ਰੂਫ ਹੈ, ਇਨਕੇ ਬੀਜੇਪੀ ਵਾਲੇ ਪ੍ਰੈਜੀਡੈਂਟ ਔਰ ਇਨਕੇ ਵਾਈਸ ਪ੍ਰੈਜੀਡੈਂਟ ਕੋ ਲੈ ਕੇ ਆਓ ਸਾਹਮਣੇ, ਔਰ ਫੇਸ ਟੂ ਫੇਸ ਬਾਤ ਕਰੇਂਗੇ, ਔਰ ਮੋਦੀ ਨੇ ਕਰਪਸ਼ਨ ਪਿਛਲੇ ਜਿਤਨੀ 60 ਸਾਲ ਮੇਂ ਹਮਾਰੀ ਕਾਂਗਰਸ ਨੇ ਕੀ ਉਸਸੇ ਡਬਲ ਕੀਆ ਹੈ। ਅਦੱਪਾ ਜੀ ਵੋ ਲੋਕੋ ਕੀ ਕਚਹਿਰੀ ਮੇਂ ਜਾਣਾ ਚਾਹਤੇ ਹੈ ਤੋ ਆਪਕੋ ਇਤਰਾਜ਼ ਹੈ ਕਿਆ ਜਾਣੇ ਕੇ ਲੀਏ? ਕਚਹਿਰੀ ਅੱਜ ਦਾ ਮੁੱਦਾ ਹੀ ਹੈ, ਇੱਥੇ ਹੀ ਆਉਣਾ ਪਊਗਾ ਤੁਹਾਨੂੰ। 23 ਮਈ ਕੋ ਫੈਸਲਾ ਲੋਕ ਕਰੇਂਗੇ, ਹਿੰਦੁਸਤਾਨ ਕੇ ਲੋਕ ਕਰੇਂਗੇ। ਚਲੋ ਬਹੁਤ ਬਹੁਤ ਧੰਨਵਾਦ ਤੁਹਾਡੇ ਦੋਨਾਂ ਦਾ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਬਹੁਤ ਬਹੁਤ ਧੰਨਵਾਦ ਮੋਹਿੰਦਰ ਸਿੰਘ ਗਿਲਜੀਆ ਜੀ, ਬਹੁਤ ਬਹੁਤ ਧੰਨਵਾਦ ਅਦੱਪਾ ਪ੍ਰਸਾਦ ਜੀ ਜੋ ਕਿ ਸਾਡੇ ਨਾਲ ਜੁੜੇ, ਅਤੇ ਇਹ ਸੀਗੇ ਦੋਵੇਂ ਪਾਰਟੀਆਂ ਦੇ ਇੱਕ ਵਾਈਸ ਪ੍ਰੈਜੀਡੈਂਟ ਅਤੇ ਪ੍ਰੈਜੀਡੈਂਟ ਜੋ ਕਿ ਓਵਰਸੀਜ਼ ਦੇ ਵਿੱਚ ਸੰਭਾਲਦੇ ਹਨ। ਸ਼ਾਲੂ ਸੂਰੀ ਚੋਪੜਾ ਜੀ ਚੇਅਰਪਰਸਨ ਵੂਮੈਨ ਸੈਲ ਕਾਂਗਰਸ ਓਵਰਸੀਜ਼ ਉਹ ਮੌਜੂਦ ਹਨ ਸਟੂਡੀਓ ਦੇ ਵਿੱਚ, ਮੇਰੇ ਨਾਲ ਨੀਲਿਮਾ ਮਦਾਨ ਜੀ ਮੌਜੂਦ ਹਨ, ਓਵਰਸੀਜ਼ ਫਰੈਂਡਸ ਆਫ ਬੀਜੇਪੀ ਨੈਸ਼ਨਲ ਜਨਰਲ ਸੈਕਟਰੀ ਹਨ। ਤੁਹਾਨੂੰ ਕੀ ਲੱਗਦਾ, ਤੁਹਾਡੇ ਦੋਨੋਂ ਸੀਨੀਅਰ ਲੀਡਰਸ ਕਹਿ ਰਹੇ ਹਨ ਕਿ ਭਾਈ ਮੋਦੀ ਜੀ ਨੇ ਕੁਛ ਨਹੀਂ ਕੀਤਾ? ਆਈ ਵੁੱਡ ਜਸਟ ਲਾਈਕ ਟੂ ਸੇ ਸਮਥਿੰਗ, ਅਡੱਪਾ ਪ੍ਰਸਾਦ ਜੀ ਪਾਸ ਪ੍ਰੈਜ਼ੀਡੈਂਟ ਰਹਿ ਚੁੱਕੇ ਹੈ, ਵਾਈਸ ਪ੍ਰੈਜ਼ੀਡੈਂਟ ਵੋ ਅਭੀ ਹੈ, ਉਹ ਹੈ ਬੀਜੇਪੀ ਕੇ, ਵੋ ਬਹੁਤ ਸਾਲੋਂ ਸੇ ਜੁੜੇ ਹੋਏ ਹੈਂ, ਹੀ ਇਜ਼ ਆਲਸੋ ਅ ਗਲੋਬਲ ਰਿਪ੍ਰੈਜ਼ੈਂਟੇਟਿਵ ਆਫ ਬੀਜੇਪੀ, ਸੋ ਹੀ ਇਜ਼ ਇਨ ਅ ਵੈਰੀ ਵੈਰੀ ਸਟਰੋਂਗ ਪੋਜੀਸ਼ਨ। ਮਹਿੰਦਰ ਜੀ ਅਭੀ ਮੇਰੇ ਖਿਆਲ ਸੇ 17 ਮਾਰਚ ਕੋ ਬਣੇ ਹੈ ਪ੍ਰੈਜ਼ੀਡੈਂਟ, ਐਂਡ ਵਿਦ ਡਿਊ ਰਿਸਪੈਕਟ, ਡਿਊ ਰਿਸਪੈਕਟ ਟੂ ਬੋਥ, ਜਿਤਨੇ ਸਾਲੋਂ ਸੇ ਅਡੱਪਾ ਜੀ ਬੀਜੇਪੀ ਕੇ ਲਈ ਕੰਮ ਕਰ ਰਹੇ ਹੈ, ਉਨਕੀ ਬਹੁਤ ਸਟਰੋਂਗ ਪੋਜੀਸ਼ਨ ਹੈ ਬੀਜੇਪੀ ਮੇਂ। ਠੀਕ ਹੈ ਸ਼ਾਲੂ ਜੀ, ਮਹਿੰਦਰ ਸਿੰਘ ਗਿਲਜੀਆ ਜੀ ਨੂੰ ਨਵਾਂ
ਥਾਪਿਆ ਗਿਆ ਹੈਗਾ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਦਾ, ਜੋ ਉਹਨਾਂ ਨੇ ਗੱਲਾਂ ਕਹੀਆਂ ਉਹਦੇ 'ਤੇ ਸਹਿਮਤੀ ਰੱਖਦੇ ਹੋ ਤੁਸੀਂ? ਹਾਂਜੀ, ਸਹਿਮਤੀ ਰੱਖਦੀ ਹਾਂ। ਓਕੇ ਜੀ, ਅਤੇ ਹੁਣ ਤਮਾਮ ਸਵਾਲ ਮੇਰੇ ਕੋਲ ਇੱਥੇ ਦਰਸ਼ਕਾਂ ਦੇ ਜਿਹੜੇ ਸਾਡੇ ਨਾਲ ਨੇ, ਮੈਂ ਤੁਹਾਡੇ ਵੀ ਜ਼ਰੂਰ ਲਵਾਂਗਾ। ਤੁਸੀਂ ਮੈਨੂੰ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਦੋਵਾਂ ਰਿਪ੍ਰੈਜੈਂਟੇਟਿਵ ਤੋਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਫਿਰ ਕੋਈ ਵਿਚਾਰ ਸਾਡੇ ਨਾਲ ਰੱਖਣਾ ਚਾਹੁੰਦੇ ਹੋ, ਮੈਂ ਡੈਫੀਨੇਟਲੀ ਤੁਹਾਡੇ ਵੀ ਫੋਨ ਕਾਲ ਲੈਣਾ ਚਾਹੁੰਦਾ। ਤੁਸੀਂ ਸਾਨੂੰ ਕਾਲ ਕਰੋ, ਆਪਾਂ ਜ਼ਰੂਰ ਲਵਾਂਗੇ। ਮੇਰੇ ਨਾਲ ਸਟੂਡੀਓ ਦੇ ਵਿੱਚ ਜਿਹੜੇ ਹੋਰ ਵੀ ਮਹਿਮਾਨ ਇੱਥੇ ਆਏ ਹੋਏ ਹਨ, ਉਹਨਾਂ ਦੇ ਵੀ ਜਿਹੜੇ ਤਰਕ ਹਨ ਆਪਾਂ ਜ਼ਰੂਰ ਲਵਾਂਗੇ, ਲੇਕਿਨ ਇਸ ਬ੍ਰੇਕ ਤੋਂ ਬਾਅਦ। ਭਾਰਤ ਦਾ ਪ੍ਰਧਾਨ ਮੰਤਰੀ ਬ੍ਰੇਕ ਤੋਂ ਬਾਅਦ ਅਸੀਂ ਹੁਣ ਇਹੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਮੰਚ ਦੇ ਉੱਤੇ ਦੋਵੇਂ ਪਾਰਟੀਆਂ ਦੇ ਰੀਪ੍ਰੈਜੈਂਟੇਟਿਵ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹਨ। ਮੈਂ ਜ਼ਰੂਰ ਦੇਖ ਪਾ ਰਿਹਾ ਕਿ ਕਾਫੀ ਸਾਰੇ ਕਾਲਰਸ ਵੀ ਸਾਨੂੰ ਕਾਲ ਕਰ ਰਹੇ ਹੋ। ਸਾਡੀ ਪ੍ਰਾਇਓਰਟੀ ਹਮੇਸ਼ਾ ਕਾਲਰਸ ਹੀ ਰਹਿੰਦੀ ਹੈ ਕਿਉਂਕਿ ਤੁਸੀਂ ਵੀ ਇਸ ਮੰਚ ਦੇ ਉੱਤੇ ਰੋਜ਼ਾਨਾ ਆਪਣੇ ਵਿਚਾਰ ਦਿੰਦੇ ਹੋ, ਲੈਂਦੇ ਆਪਣਾ ਪਹਿਲੀ ਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਆਪਣੇ ਵਿਚਾਰ ਰੱਖ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਹੈਲੋ ਵਾਲਿਆ ਜੀ, ਮੇਰਾ ਕੁਐਸਚਨ ਇਹ ਹੈ ਜੀ ਆਪਣੇ ਕਿ ਕਾਂਗਰਸ ਦੀ ਜੇ ਜਿੱਤ ਹੋਈ ਜਾਂ ਕਾਂਗਰਸ ਦੇ ਭਾਈਵਾਲ ਪਾਰਟੀਆਂ ਤੇ ਇਹਨਾਂ ਦੀ, ਤਾਂ ਮੁੱਖ ਆਪਣਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਕੀ ਮਨਮੋਹਨ ਸਿੰਘ ਜੀ ਹੋਣਗੇ ਜਾਂ ਰਾਹੁਲ ਗਾਂਧੀ ਜਾਂ ਕੋਈ ਹੋਰ? ਦੇ ਸਾਹਮਣੇ ਉਮੀਦਵਾਰ ਕਾਂਗਰਸ ਦੇ ਰਾਹੁਲ ਗਾਂਧੀ ਹੀ ਨੇ, ਕਾਂਗਰਸ ਐਲਾਨ ਕਰ ਚੁੱਕੀ ਹੈ। ਓ ਅੱਛਾ, ਐਲਾਨ ਕਰ ਚੁੱਕੇ? ਓਕੇ ਜੀ, ਧੰਨਵਾਦ ਜੀ। ਜੀ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਮੋਦੀ ਜੀ ਨੇ ਕੀ ਕੀਤਾ 5 ਸਾਲਾਂ ਦੇ ਵਿੱਚ? ਲੈ ਲੈਣੇ ਨੀਲੇ ਮਾਜੇ ਤੋਂ ਸਵਾਲ ਲੈ ਲੈਣੇ ਵਾਲਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਮੈਂ ਰਾਜਕੁਮਾਰ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਰਾਜਕੁਮਾਰ ਸਾਹਿਬ, ਕੀ ਸਵਾਲ ਰੱਖਣਾ ਚਾਹੋਗੇ? ਮੇਰੀ ਬੇਨਤੀ ਇਹ ਹੈ ਜੀ ਕਿ ਗੁਰੂ ਨਾਨਕ ਦੇਵ ਜੀ ਦੇ ਸਾਡੇ ਇਨਸਾਨੀਅਤ ਦੇ ਸਾਂਝੇ ਹੈ ਜੀ, ਉਹਨਾਂ ਦੇ ਘਰ ਨੂੰ ਜਿਹੜਾ ਰਾਹ ਜਾਂਦਾ ਹੈ ਲਾਂਘੇ ਵਾਸਤੇ, ਜੇ ਸਿੱਧੂ ਸਾਹਿਬ ਨੇ ਕਲਮ ਚੁੱਕਿਆ ਸੀ ਤੇ ਉਹਨਾਂ ਨੂੰ ਇਸ ਮੋਦੀ ਸਰਕਾਰ ਨੇ ਇੰਨਾ ਕੁਛ ਬਰੇਲ ਕੀਤਾ। ਠੀਕ ਹੈ, ਨਵਜੋਤ ਸਿੰਘ ਸਿੱਧੂ ਨੂੰ ਡਿਫੇਮ ਕੀਤਾ ਔਰ 5 ਸਾਲਾਂ ਦੇ ਵਿੱਚ ਹੀ ਕੀਤਾ। ਮੈਂ ਸਵਾਲ ਲੈ ਲੈਣਾ ਨੀਲੇ ਮਾਜਾ ਤੋਂ, ਇਹਦਾ ਜਵਾਬ ਲੈ ਲੈਣਾ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਹੈਲੋ ਜੀ, ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ। ਜੀ ਜੀ ਜੀ, ਪ੍ਰੇਮਪੁਰਾ ਸਾਹਿਬ, ਕੀ ਸਵਾਲ ਰੱਖਣਾ ਚਾਹੋਗੇ? ਸਰ ਜੀ, ਅੱਜ ਜਿਹੜਾ ਤੁਸੀਂ ਮੁੱਦਾ ਲਿਆ ਹੈ ਨਾ, ਬਹੁਤ ਵਧੀਆ ਮੁੱਦਾ ਲਿਆ, ਥੋੜਾ ਨਹੀਂ ਜੀ ਜੀ ਜੀ, ਬਹੁਤ ਵਧੀਆ, ਮਿਹਰਬਾਨੀ ਮਿਹਰਬਾਨੀ, ਸਾਰਿਆਂ ਦਾ ਸੁਣਿਆ। ਹੈਲੋ ਜੀ ਜੀ, ਮਿਹਰਬਾਨੀ ਮਿਹਰਬਾਨੀ ਪ੍ਰੇਮਪੁਰਾ ਸਾਹਿਬ ਤੇ ਨੀਲਮਾ ਜੀ, ਬੈਕ ਟੂ ਯੂ। ਬੈਕ ਟੂ ਮੀ, ਪ੍ਰਸ਼ਨ ਇਹੀ ਹੈ, ਐਵਰੀਬਡੀ ਇਜ਼ ਆਸਕਿੰਗ 5 ਸਾਲਾਂ ਚ ਕੀ ਕੀਤਾ ਜੀ। ਹੁਣ ਇਸ ਨੂੰ ਮੈਂ ਡਾਇਰੈਕਟ ਅਟੈਕ ਕਰਾਂ ਨਾ ਇਸ ਕੁਐਸਚਨ ਨੂੰ, ਤੇ ਜਦੋਂ ਇਲੈਕਸ਼ਨ ਦਾ ਮੁੱਦਾ ਆਉਂਦਾ ਹੈ, ਐਵਰੀ ਸੈਂਟੈਂਸ ਇਜ਼ ਕਾਂਗਰਸ ਨੇ ਕੀ ਕੀਤਾ। ਠੀਕ ਹੈ ਜੀ, ਇੰਨੇ ਸਾਲਾਂ ਚ ਕਾਂਗਰਸ ਨੇ ਕੀ ਕੀਤਾ? ਦਿਸ ਇਜ਼ ਫੋਰ, ਜਦੋਂ ਇੱਕ ਸੱਤਾ ਬਦਲੀ ਜਾਂਦੀ ਹੈ, ਜਦੋਂ ਇੰਨੇ ਸਾਲਾਂ ਤੋਂ ਕੋਈ ਸੱਤਾ ਕੰਮ ਕਰ ਰਹੀ ਸੀਗੀ, ਕਾਂਗਰਸ ਰਾਜ ਕਰ ਰਹੀ ਸੀਗੀ, ਦ ਵੈਰੀ ਫੈਕਟ ਦੈਟ ਇਟ ਚੇਂਜਡ, ਦ ਵੈਰੀ ਫੈਕਟ ਦੈਟ ਬੀਜੇਪੀ ਕੇਮ ਟੂ ਪਾਵਰ, ਦੇਰ ਇਜ਼ ਐਨ ਆਨਸਰ ਇਨ ਦੈਟ, ਦੈਟਸ ਨੰਬਰ ਵਨ। ਨੰਬਰ ਟੂ, ਅਗਰ ਤਾਂ ਮੋਦੀ ਜੀ ਇਸ ਵਾਰੀ ਦੁਬਾਰਾ ਆਏ, ਉਹਨਾਂ ਨੇ ਜਿੰਨੇ ਵੀ ਪ੍ਰੋਮਿਸਿਸ ਹੋਣੇ ਥੇ ਜਿਹੜੇ ਕੰਪਲੀਟ ਨਾ ਹੋਏ ਹੋਣ, ਦੇ ਵਿਲ ਆਲ ਨੋਟ ਓਨਲੀ ਬੀ ਕੰਪਲੀਟਡ, ਦੇ ਵਿਲ ਬੀ ਸਰਪਾਸਡ। ਅੱਜ ਦੀ ਤਾਰੀਖ 'ਚ ਤੁਹਾਡੇ ਜਿੰਨੇ ਸੜਕਾਂ ਹਨ, ਜਿਸ ਤੇਜ਼ੀ ਨਾਲ ਸੜਕਾਂ ਬਣ ਰਹੀਆਂ, ਉਹ ਕਦੀ ਨਹੀਂ ਸੀ ਹੋਇਆ। ਜਿੰਨੇ ਤੁਹਾਡੇ ਔਰਤਾਂ ਜਿਹੜੀਆਂ ਅੱਗੇ ਆਈਆਂ, ਯੂ ਨੋ, ਟੇਕਿੰਗ ਅਗੇਨ ਚਾਲੂਸ ਪੁਆਇੰਟ, ਦੈਟ ਜਦੋਂ ਉਹਨਾਂ ਕੋਲ ਪੈਸੇ ਆਪ ਉਹਨਾਂ ਕੋਲ ਰਹਿੰਦੇ ਹੀ ਨਹੀਂ ਸੀਗੇ, ਅਕਾਊਂਟ ਹੋਏ ਤੇ ਉਹਨਾਂ ਨੇ ਜਾ ਕੇ ਆਪਣੇ ਅਕਾਊਂਟ ਖੋਲੇ ਤੇ ਉੱਥੇ ਆਪਣੇ ਪੈਸੇ ਲਗਾਏ। ਨੋ, 5 ਈਅਰਸ ਇਜ਼ ਅ ਲੌਂਗ ਟਾਈਮ, ਕਰਪਸ਼ਨ ਦਾ ਜਿਹੜਾ ਸਾਰਾ ਹੋਇਆ ਉਹ ਦੈਟ ਹੈਜ਼ ਬੀਨ ਹੈਲਡ, debt handling has been held, number of airports have gone up, your employment has gone up, people have become cognizant of the fact that India is to be recognized, people who were leaving India and it was brain drained, that is going back to India, people are going back and reinvesting in India, foreign countries are investing in India, aisa sara
ਅੱਗੇ ਤੇ ਨਹੀਂ ਨਾ ਸੀ। ਸ਼ਾਲੂ ਜੀ ਸਹਿਮਤੀ ਹੈ ਤੁਸੀਂ ਇਸ ਗੱਲ ਦੀ? ਨਹੀਂ ਜ਼ਰੂਰ ਨਹੀਂ ਹੋਏਗੀ। ਮੈਂ ਰਿਸਪੈਕਟਫੁਲੀ ਆਈ ਡਿਸਐਗਰੀ ਵਿਦ ਨਿਲਮਾ ਰਾਈਟ। ਆਈ ਮੀਨ ਵਿਦ ਇਨ ਦੀਸ 5 ਇਅਰਸ ਜਿੰਨੇ ਐਨਆਰਆਈਸ ਨੇ ਇੰਡੀਆ ਪੈਸੇ ਇਨਵੈਸਟ ਕੀਤੇ ਸੀ, ਕਰੰਸੀ ਤੇ ਵੈਸੇ ਹੀ ਡਾਊਨ ਹੋਈ, ਸ਼ੀ ਨੋਸ, ਐਵਰੀਬਡੀ ਨੋਸ ਅਬਾਊਟ ਦ ਡਾਲਰ ਐਂਡ ਰੁਪੀ ਕਰੰਸੀ, ਬਟ ਪ੍ਰੋਪਰਟੀਜ਼ ਆਰ ਲਾਈਕ ਟੂ ਦ ਗਰਾਊਂਡ ਮੱਡ ਲਾਈਕ ਯੂ ਨੋ। ਕਿਸੇ ਟਾਈਮ ਤੇ ਹੁੰਦਾ ਸੀ ਲੋਕ ਇੱਧਰ ਵੀ ਘਰ ਰੱਖਦੇ ਸੀ, ਇੰਡੀਆ ਵੀ ਰੱਖਦੇ ਸੀ, ਦੇ ਯੂਜ਼ ਟੂ ਟਰੈਵਲ ਅਲੋਟ ਕਿ ਵੀ ਇੱਥੇ ਵੀ ਇਨਵੈਸਟ ਕਰਨਾ, ਇੰਡੀਆ 'ਚ ਵੀ ਕਰਨਾ, ਲੇਕਿਨ ਹੁਣ ਤੇ ਇੰਡੀਆ 'ਚ ਜੋ ਇਨਵੈਸਟ ਕੀਤਾ ਵੈਸੇ ਹੀ ਜ਼ੀਰੋ ਹੋ ਗਿਆ। ਅੱਛਾ, ਕਰੰਸੀ ਵਾਈਜ਼ ਇਟਸ ਆਲਰੇਡੀ 30% ਡਾਊਨ ਐਂਡ ਪ੍ਰੋਪਰਟੀ ਪ੍ਰੋਗਰੈਸਿਵ ਨਹੀਂ ਹੋਇਆ। ਨੋ, ਆਈ ਵੁੱਡ ਜਸਟ ਸੇ ਵਨ ਸੈਂਟੈਂਸ ਟੂ ਦੈਟ, ਵੀ ਆਰ ਨਾਟ ਟਾਕਿੰਗ ਅਬਾਊਟ ਪਰਸਨਲ ਇਨਵੈਸਟਮੈਂਟਸ, ਵੈਨ ਵੀ ਆਰ ਟਾਕਿੰਗ ਔਨ ਦਿਸ ਫੋਰਮ ਵੀ ਆਰ ਟਾਕਿੰਗ ਇੰਟਰਨੈਸ਼ਨਲੀ, ਵੀ ਆਰ ਟਾਕਿੰਗ ਅਬਾਊਟ ਇੰਡੀਆ ਐਜ਼ ਅ ਕੰਟਰੀ। ਯਾ, ਆਈ ਐਮ ਟਾਕਿੰਗ ਇੰਟਰਨੈਸ਼ਨਲੀ ਟੂ ਬਿਕੋਜ਼ ਸ਼ੀ ਸੈਡ ਬ੍ਰੇਨ, ਯੂ ਬ੍ਰੇਨ ਡਰੇਨ ਰਾਈਟ। ਜਿੰਨੇ EP5 ਹੁਣ ਹੋ ਰਹੇ ਹੈ, ਯੂ ਕੈਨ ਚੈੱਕ ਔਨਲਾਈਨ, ਯੂ ਕੈਨ ਸੀ ਮੋਰ ਪੀਪਲ ਆਰ ਮੂਵਿੰਗ ਫਰੋਮ ਇੰਡੀਆ ਸਿਕਿਉਰਿਟੀ ਵਾਈਜ਼, ਰੇਪ, ਯੂ ਕੈਨ ਸੀ ਦ ਨੰਬਰਸ, ਦੇ ਮਲਟੀਪਲਾਈਡ ਇਨ 5 ਇਅਰਸ। ਬ੍ਰੇਨ ਡਰੇਨ ਮੀਨਸ ਅ ਲੋਟ ਆਫ ਇੰਟੈਲੀਜੈਂਟ ਪੀਪਲ ਔਰ ਵੈਲ ਐਜੂਕੇਟਡ ਪੀਪਲ ਕਮਿੰਗ ਫਰੋਮ ਇੰਡੀਆ two other countries, especially United States and America, to find a better future for them. But this now people are going, trying to stay within India or even go back to India. I'm making a positive point. They would never go, they are not going back. If you're saying they're coming back here, this never happened. It cannot happen in 5 years. The base was laid by Congress, actually. They are getting the fruit now. ਸਾਡੇ ਨਾਲ ਇੱਥੇ ਮੌਜੂਦ ਹਨ ਹੋਰ ਵੀ ਤਮਾਮ ਮਹਿਮਾਨ। ਤੁਸੀਂ ਆਪਣਾ ਕੋਈ ਸਵਾਲ ਰੱਖਣਾ ਚਾਹੁੰਦੇ ਹੋ ਜੀ, ਕੋਈ ਗੱਲ ਰੱਖਣਾ ਚਾਹੁੰਦੇ ਹੋ, ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ, ਤੁਹਾਡਾ ਕੀ ਨਾਂ ਹੈ, ਇੱਕ ਵਾਰੀ ਜ਼ਰੂਰ ਦੱਸਿਓ ਜੀ। ਮੇਰਾ ਨਾਮ ਵਿਜੇ ਨਈਅਰ, ਮਾਈ ਨੇਮ ਇਜ਼ ਵਿਜੇ ਨਈਅਰ ਐਂਡ ਆਈ ਐਮ ਜੁਆਇੰਟ ਸੈਕਟਰੀ ਵਿਦ IOC ਅੰਡਰ ਸ਼ਾਲੂ। ਐਂਡ ਵੈਨ ਸ਼ੀ ਵਾਜ਼ ਸੇਇੰਗ ਲਾਈਕ ਮੋਹਿੰਦਰ ਸਿੰਘ ਜੀ ਨੂੰ 17 ਮਾਰਚ ਨੂੰ ਜੁਆਇਨ ਕੀਤੀ ਹੈ ਰਾਈਟ ਐਜ਼ ਪ੍ਰੈਜ਼ੀਡੈਂਟ। ਹਾਂਜੀ, ਪਰ ਮੋਹਿੰਦਰ ਸਿੰਘ ਜੀ ਪਿੱਛੇ ਕਿੰਨਾ ਸਾਲਾਂ ਤੋਂ ਉਹ ਪੰਜਾਬ ਚੈਪਟਰ ਤੋਂ ਕੰਮ ਕਰ ਰਹੇ ਸੀਗੇ, ਉਹਨਾਂ ਦੇ ਬ੍ਰਦਰ ਅੱਜ ਵੀ MLA ਹੈਗੇ ਨੇ, ਯੂ ਨੋ, ਸੋ ਇਟਸ ਨਾਟ ਕਿ ਹੀ ਜਸਟ ਜੁਆਇਨ ਦ ਪਾਰਟੀ। ਆਈ ਡੋਂਟ ਸੇ ਯੂ ਸੈਡ ਹੀ ਜੁਆਇਨਡ ਐਸ ਪ੍ਰੈਜ਼ੀਡੈਂਟ ਔਨ ਦੈਟ ਡੇਟ ਔਨ 17 ਮਾਰਚ, ਯੂ ਨੋ। ਸੋ ਬਟ ਹੀ ਹੈਜ਼, ਚਲੋ ਕੋਈ ਗੱਲ ਨਹੀਂ, ਉਹ ਸਾਰਿਆਂ ਨੂੰ ਪਤਾ ਚੱਲ ਗਿਆ ਕਿ ਉਹ ਪ੍ਰਧਾਨ ਨੇ ਹੁਣ ਇੰਡੀਅਨ ਓਵਰਸੀਜ਼ ਕਾਂਗਰਸ ਦੇ। ਤੁਹਾਡਾ ਕੀ ਸਵਾਲ ਹੈ, ਕਿਹਦੇ ਨਾਲ ਔਰ ਤੁਹਾਡੀ ਕੀ ਕੋਈ ਵਿਚਾਰ ਰੱਖਣਾ ਚਾਹੁੰਦੇ ਹੋ ਤੁਸੀਂ ਆਪਣੇ? ਮੈਂ ਬਸ ਇਹੀ ਕਹਿੰਦੀ ਹਾਂ ਕਿ ਵੀ ਸਪੋਰਟ ਕਾਂਗਰਸ ਐਂਡ ਸਾਨੂੰ ਰਾਹੁਲ ਗਾਂਧੀ ਹੀ, ਯੂ ਨੋ, ਚਾਹੀਦੇ ਨੇ ਕਾਂਗਰਸ ਵਿੱਚ, ਕਿਉਂਕਿ ਰਾਹੁਲ ਗਾਂਧੀ ਦੇ ਮੈਨੀਫੈਸਟੋ ਲਾਈਕ ਹੀ ਵਿਲ ਹੈਲਪ ਦ ਪੂਅਰ ਪੀਪਲ, ਹੀ ਵਿਲ ਕ੍ਰੀਏਟ ਦ ਜੋਬਸ ਫੋਰ ਪੀਪਲ, ਯੂ ਨੋ, ਹੀ ਵਿਲ ਬ੍ਰਿੰਗ ਦ ਯੂਥ, ਯੂ ਨੋ, ਯੂਥ ਹੈਜ਼ ਮੋਰ। ਠੀਕ ਹੈ ਜੀ, ਤੁਹਾਡਾ ਸਵਾਲ ਸਮਝ ਆ ਗਿਆ ਜੀ। ਇੱਥੇ ਇੱਕ ਬੜਾ ਵੱਡਾ ਸਵਾਲ ਬਣਦਾ ਹੈ ਕਿ BJP ਦੇ ਉੱਤੇ ਇਹ ਇਲਜ਼ਾਮ ਲਗਾਏ ਜਾਂਦੇ ਹਨ ਕਿ ਹਿੰਦੂਤਵ ਜਿਹੜਾ ਏਜੰਡਾ ਹੈਗਾ ਉਹ ਉਹਨੂੰ ਅੱਗੇ ਲਿਜਾ ਰਹੀ ਹੈ, ਯਾਨੀ ਕਿ ਹਿੰਦੂਇਜ਼ਮ ਨੂੰ ਪ੍ਰਮੋਟ ਕਰ ਰਹੀ ਹੈ, ਘੱਟ ਗਿਣਤੀ ਜਿਹੜਾ ਭਾਈਚਾਰਾ ਹੈਗਾ ਉਹ ਆਪਣੇ ਆਪ ਨੂੰ ਮਹਿਫੂਜ਼ ਭਾਰਤ ਦੇ ਵਿੱਚ ਨਹੀਂ ਰੱਖ ਪਾ ਰਿਹਾ। ਇਹ ਗੱਲ ਮੋਹਿੰਦਰ ਸਿੰਘ ਗਿਲਜੀ ਵੱਲੋਂ ਵੀ ਕਹੀ ਗਈ। ਨੀਲਮਾ ਜੀ, ਵਟਸ ਯੋਰ ਰਿਐਕਸ਼ਨ ਔਨ ਦਿਸ? ਯੂ ਨੋ, ਵਨ ਆਫ ਦ ਥਿੰਗਸ ਆਈ ਵਿਲ ਮੈਂਸ਼ਨ ਅਬਾਊਟ ਦਿਸ ਵਿਚ ਇਜ਼ ਵੈਰੀ ਇੰਪੋਰਟੈਂਟ, ਦਿਸ ਟ੍ਰਿਪਲ ਤਲਾਕ ਵਿਚ ਵਾਸ ਸੱਚ ਅ ਬਿਗ ਸਟਿਗਮਾ ਫੋਰ ਮੁਸਲਿਮ ਵਿਮੈਨ, ਦੈਟ ਹੈਜ਼ ਬੀਨ ਟੈਕਲਡ ਬਾਈ under this regime, not before. Even education reservations have gone up for Muslim women. And equality has been established. As long as you have the title of being an Indian, phir paave tusi Sikh ho, Christian ho, kisi bhi samudaya ke ho aap, you are as much an Indian as anybody. Hindu rashtra da agenda jehda hai ga, I completely disagree that there is any discrimination at all. So jehde eh bhagwa rang di gal karde han ki Hindu RSS di gal hundi hai, eh sariyan tusi lagda kahaniyan ne? Nahi, I am not saying ki kahaniyan hai, koi har cheez kahin na kahin to root pakadti hai, kahin na kahin se ped panapta hai, lekin aap ye kaho ki ye isme sirf ek yahi cheez hai, baki cheeze nahi hai. No, that is wrong. Chalo, you want to add on this? I disagree with Nilima ji, because you know, like, I mean to say, like she said ki koi na kahin se root pakadti hai. Right now common man needs bread and butter, right? Oh, nahi mil rahe, agar rozgari nahi hoegi, agar the jobs nahi honge, paisa nahi hoega, it's not the middle level, low level, higher level, everybody is like asking for bread and butter. Jobs nahi, like jis tarah unhone kiya hai ki 6% of their budget would be going towards education, right? Farmers de unhone da dhyan kita hai, jadon Modi ji bolde hai apni manifesto te, he would always cover national security, he would always cover terrorism, he would always cover Pakistan,
ही वुड नेवर से कि हाँ हमारी बेरोजगारी इतनी है, हमने इतनी जॉब्स क्रिएट की हैं, या वुमेन की ये सिक्योरिटी है, या वुमेन की एजुकेशन पे ये है. ही वुड डेफिनेटली से बेटी बढ़ाओ और यू नो बचाओ. जी बट फैक्ट्स चेक करिए. नहीं आप मुझे नहीं, बताओ रहे नहीं. आज शो से पहले मेरी इनसे बात हुई थी कि हम फिगर्स में नहीं जाएंगे. इफ आई हैव अ होल थिंग रिटन आउट तो बेटी बचाओ बेटी पढ़ाओ लेकिन कितना दा सवाल है कि बेटी बचाओ बेटी पढ़ाओ ले उन्होंने आंदोलन शुरू किया, मुहिम शुरू की, उन्होंने की किया. चलो आप इस सवाल का जवाब जरूर लवेंगे. तमाम ऑडियंस भी साढ़े नाल इत्थे मौजूद हैगी है जिहड़े डिफरेंट डिफरेंट चैप्टर दे इत्थे पैरोकार हन. काफी सारे कॉलर्स भी सानू कॉल कर रहे हैं, तुहाडी भी आपां कॉल लवेंगे लेकिन इस ब्रेक तो बाद. जी कौन होएगा देश का प्रधानमंत्री भारत का 2019 का, एक वड्डा सवाल बनया हुआ है. तमाम पैनलिस्ट मेरे नाल स्टूडियो दे विच मौजूद हैं जो कि रीप्रजेंट कर रहे हैं बीजेपी नू, रीप्रजेंट कर रहे हैं कांग्रेस नू, और ऑडियंस दे विच भी साढ़े नाल कुछ समर्थक हैं जो कि बीजेपी नू रीप्रजेंट कर रहे हैं, कोई कांग्रेस नू कर रहे हैं. कॉलर साढ़े नाल जुड़े हुए हैं, आप फटाफट सवाल ले लें फिर आप उन्हों का जवाब भी ले लेंगे. सत श्रीकाल जी, तुम ऑन एयर अपनी गल रख सकते हो. अपनी गल रख सकते हो. अच्छा जिहड़ा गां दा मुद्दा उठिया हुआ, ठीक है जी पुछ लैने पुछ लैने. 15 लाख ते गां दा जिहड़ा इक अजकल वैल्यू है सर. सत श्री अकाल जी. सत श्री अकाल ले रहे हो. हां जी तुसीं अपनी गल रख सकदे हो जी. थैंक यू वेरी मच. ते मैं बिना किसी पार्टी तो ए दोए सेक्रेटरी साहब ने चंगे मुद्दे आप बंदे ने NIR दी कोई पुकार नहीं सुनदे है साडी. ਠੀਕ ਹੈ ਜੀ. ਅਸੀਂ ਆਪਣੇ ਪਿੰਡ ਦੇ ਵਿੱਚ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਹਾਂ, ਪੈਸਾ ਲਾਉਣਾ ਚਾਹੁੰਦੇ ਹਾਂ, ਜਾਂ ਸਾਡੀਆਂ ਆਪਣੀਆਂ ਇੰਡੀਵਿਜੁਅਲ ਦਿੱਕਤਾਂ ਨੇ ਕੁਛ. ਠੀਕ ਹੈ ਜੀ. ਤੇ ਉੱਥੇ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ. ਨਹੀਂ ਸੁਣੀ ਜਾਂਦੀ ਹੈ ਨਾ. ਚੋ ਕੋਈ ਵੀ ਮੈਨੂੰ ਫੋਨ ਦੇਵੇ ਮੈਂ ਡਿਟੇਲ ਨਾਲ ਦੱਸ ਦੂੰਗਾ. ਗਲਤ ਗੱਲ ਨਹੀਂ ਕੋਈ ਇਹ ਅਸੀਂ ਕਰਦੇ ਕਦੀ ਵੀ. ਮੈਂ ਪਾਰਟੀ ਦੇ ਦੋਵੇਂ ਪਾਰਟੀਆਂ ਤਰਫੋਂ ਨਹੀਂ ਸੁਣੀ ਗਈ ਤੁਹਾਡੀ. ਹਾਂ ਮੈਨੂੰ ਦੱਸੋ ਤੁਸੀਂ ਇਹਨਾਂ ਦੇ ਨੰਬਰ ਦੇਣ, ਮੇਰੇ ਨਾਲ ਗੱਲ ਕਰਨ ਪਲੀਜ਼. ਕਰ ਲੈਂਦੇ ਜੀ, ਕਰ ਲੈਂਦੇ ਜੀ, ਮੁੱਦੇ ਤੇ ਬਾਤ ਕਰ ਲੈਂਦੇ ਹਾਂ. ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ. ਗਰੀਬਾਂ ਦੇ ਘਰ ਜਾ ਕੇ ਖਾਣਾ ਖਾਂਦਾ ਤਾਂ ਉਹ ਗਰੀਬਾਂ ਦੇ ਘਰ ਖਾਣਾ ਖਾ ਰਿਹਾ, ਉਹਨਾਂ ਨੂੰ ਬੁਰਕ ਦਾ ਮੂੰਹ ਚ ਪਾ ਰਿਹਾ ਤੇ ਉਹ ਗਰੀਬਾਂ ਨੂੰ ਘਰ ਸੱਦ ਕੇ ਖਾਣਾ ਖਿਲਾਵੇ. ਠੀਕ ਹੈ ਜੀ, ਠੀਕ ਹੈ ਜੀ, ਪੁੱਛ ਲੈਣਾ ਜੀ ਉਹਨਾਂ ਦੇ ਰਿਪ੍ਰੈਜ਼ੈਂਟੇਟਿਵ ਨੇ ਇੱਥੇ. ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ. ਸਤਿ ਸ਼੍ਰੀ ਅਕਾਲ ਜੀ. ਜੀ ਮੈਂ ਇਹ ਗੱਲ ਕਹਾਂਗਾ ਜੀ ਕਿ ਜਿਹੜੀ ਮਾਈਲੇਜ ਐਕਚੁਅਲੀ ਇਹ ਸਾਡੇ ਕੱਦੇ ਜਵਾਨ ਨੇ ਤੇ ਉਹ ਮਾਈਲੇਜ ਮੋਦੀ ਸਾਹਿਬ ਆਪਣੀਆਂ ਲੈਂਦੇ ਨੇ ਜਾਂ ਫਿਰ ਜਿਹੜੀ ਮਾਈਲੇਜ ਜਾਣੀ ਚਾਹੀਦੀ ਵਿਗਿਆਨੀਆਂ ਨੂੰ ਉਹ ਇਹ ਆਪ ਲੈਂਦੇ ਨੇ. ਇਹ ਪੋਲੀਟੀਕਲ ਪਾਰਟੀਆਂ ਦਾ ਕੰਮ ਨਹੀਂ ਹੁੰਦਾ. ਕਰਕੇ ਸਾਡੇ ਪ੍ਰਧਾਨ ਮੰਤਰੀ ਸਨ ਮਨਮੋਹਨ ਸਿੰਘ ਜੀ ਸਾਰੇ ਦੱਸੋ ਜੀ. ਮੋਦੀ ਜੀ ਬੋਲਦੇ ਬਹੁਤ ਹਨ, ਕੁਛ ਨੀ ਕੀਤਾ. ਕਿਸਾਨ ਨੂੰ ਬਾਪੂ ਕਿਉਂ ਨੀ ਕਹਿੰਦੇ? ਰਾਹੁਲ ਜੀ ਬੜਾ ਬੋਲ ਰਹੇ ਹਨ. ਅਗਰ ਤੇ ਉਹ ਆਏ ਤੇ ਦੇਖਾਂਗੇ ਉਹ ਕਿੰਨਾ ਕਰਨਗੇ. Like I'll go back. ਅੱਗੇ ਤਾਂ ਕੁਛ ਨਹੀਂ ਹੋਇਆ ਕਾਂਗਰਸ ਕੋਲੋਂ. ਮੈਂ ਦੇਖੋ ਇਹ ਨਹੀਂ, ਮੈਂ ਇੰਨਾ ਨਹੀਂ ਕੋਈ, ਇਟਸ ਨੋਟ ਫੇਅਰ, ਚਾਹੇ ਕਾਂਗਰਸ ਹੋ ਚਾਹੇ ਬੀਜੇਪੀ ਹੋ, ਕਿ ਇਹ ਡਿਨਾਊਂਸ ਕਰਨਾ ਕਿ ਹਮਾਰੀ ਕੰਟਰੀ ਮੇ ਕਭੀ ਕੁਛ ਹੋਆ ਹੀ ਨਹੀਂ. ਦੈਟ ਇਜ਼ ਰੋਂਗ. ਪ੍ਰੋਗਰੈਸ ਹੋਤਾ ਹੈ, ਕਹੀਂ ਧੀਰੇ ਹੋਤਾ ਹੈ, ਕਹੀਂ ਜ਼ਿਆਦਾ ਹੋ ਜਾਤਾ ਹੈ, ਕਹੀਂ ਤੇਜ਼ੀ ਪਕੜ ਲੇਤਾ ਹੈ, ਕਹੀਂ ਏਕਦਮ ਆਂਖੋਂ ਮੇ ਆਤਾ ਹੈ ਕਿ ਯੂ ਨੋ ਇਟ ਸ਼ੁਡ ਬੀਨ ਬੈਟਰ, ਕੈਨ ਵੀ ਡੂ ਬੈਟਰ. ਯੂ ਨੀਡ ਦ ਪਰਸਨ ਇਨ ਪਾਵਰ ਹੂ ਇਜ਼ capable of bringing India to the next level. And Modi ji has done that. So when Modi ji comes to power again, May 2019, that will prove my sentence. Matlab Modi ji aa rahe ne mod to 100%. Chalo main to nahi kahe. I would again respectfully disagree with Nilima, right? She's right, koi bhi party aaye kis tarah bhi aaye, but we should never forget ki Congress ne sanu Indira Gandhi ditti, Congress ne sanu Manmohan Singh ji ditte, ਕਾਂਗਰਸ ਨੇ ਸਾਨੂੰ ਸ਼ੀਲਾ ਦੀਕਸ਼ਿਤ ਦਿੱਤੀ. ਜੋ ਇੰਪਰੂਵਮੈਂਟ ਜਾਂ ਜੋ ਪ੍ਰੋਗਰੈਸ ਸਾਡੀ ਕੰਟਰੀ ਨੇ ਇਸ ਇਹਨਾਂ ਦੇ 10 ਈਅਰ ਵਿੱਚ ਕੀਤੀ ਹੈ,
ਆਈ ਡੋਂਟ ਥਿੰਕ ਬੀਜੇਪੀ ਦਾ ਕੋਈ ਉਮੀਦਵਾਰ ਹੈ ਜਿਨ੍ਹਾਂ ਨੂੰ ਉਹ ਕੰਪੇਅਰ ਕਰ ਸਕਦੇ ਹੈ. ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ, ਇੰਦਰਾ ਗਾਂਧੀ, ਸ਼ੀਲਾ ਦੀਕਸ਼ਿਤ, ਮਨਮੋਹਨ ਸਿੰਘ ਜੀ, ਇਹ ਸਾਰੀ ਕਾਂਗਰਸ ਦੀ ਦੇਣ ਹੈ. ਚਲੋ, ਇੰਦਰਾ ਗਾਂਧੀ ਦੇ ਮਤਭੇਦ ਸਾਡੇ ਸਿੱਖ ਭਰਾਵਾਂ ਨਾਲ ਰਹੇ, ਲੇਕਿਨ ਮੈਂ ਉਹਨੂੰ ਅੱਜ ਇੱਥੇ ਨਹੀਂ ਲੈ ਕੇ ਆਉਣਾ ਚਾਹੁੰਦਾ. ਮੈਂ ਉਹਦੇ ਉੱਤੇ ਡਿਬੇਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਆਪਾਂ ਅੱਜ ਇਸ ਡਿਬੇਟ ਨੂੰ ਇਸ ਕਰਕੇ ਕਰ ਰਹੇ ਹਾਂ ਕਿ ਵਟ ਨੈਕਸਟ, ਅਤੇ ਸਾਡੇ ਨਾਲ ਤਮਾਮ ਆਡੀਅੰਸ ਦੇ ਵਿੱਚ ਮੌਜੂਦ ਨੇ ਜੀ. ਅਸੀਂ ਸ਼ਾਲੂ ਜੀ ਨਾਲ, ਮੇਰਾ ਨਾਮ ਕਿਰਨ ਮਲਹੋਤਰਾ ਹੈ ਜੀ, ਅਸੀਂ ਸ਼ਾਲੂ ਜੀ ਨਾਲ ਬਹੁਤ ਐਗਰੀ ਕਰਨੇ ਹਾਂ ਕਿ ਇਟਸ ਨਾਟ ਕਿ ਬੀਜੇਪੀ ਆਈ, ਉਹਨਾਂ ਨੇ ਜੋ ਕੀਤਾ ਠੀਕ ਹੈ, ਬਹੁਤ ਅੱਛਾ ਕੀਤਾ, ਪਰ ਬੇਸ ਤਾਂ 70 ਸਾਲ ਪਹਿਲੇ ਤੋਂ ਹੀ ਕਾਂਗਰਸ ਨੇ ਇੰਨਾ ਬਣਾਇਆ ਹੋਇਆ ਸੀ, ਜਿਹਦੇ 'ਚ ਸਟਰੋਂਗੈਸਟ ਮਿਲਟਰੀ ਪਾਵਰ, ਸਟਰੋਂਗੈਸਟ ਰੇਲ ਸਿਸਟਮ, ਸਟਰੋਂਗੈਸਟ ਸਟੀਲ ਪ੍ਰੋਡਿਊਸਰ, ਆਈ ਮੀਨ ਸੋ ਮੈਨੀ ਥਿੰਗਸ ਹੈਪਨ. ਹੁਣ ਠੀਕ ਹੈ ਬੀਜੇਪੀ ਆਈ ਹੈ, ਉਹਨਾਂ ਨੇ ਵੀ ਕੀਤਾ ਕੋਈ, ਪਰ ਜੋ ਮੈਂ ਕਹਿ ਰਹੀ ਹਾਂ ਕਿ ਦਿਸ ਵਾਜ ਬੀਨ ਡਨ, ਐ ਨਹੀਂ ਕਿ ਹੁਣੇ ਹੀ ਸਭ ਕੁਛ ਹੋਇਆ ਹੈ. ਹੋਰ ਕੋਈ ਜੀ? ਜੀ, ਬੀਜੇਪੀ ਤੋਂ, ਬੀਜੇਪੀ ਤੋਂ ਸਾਡੇ ਨਾਲ ਸਮਰਥਕ ਨੇ, ਉਹ ਕੁਛ ਪੁੱਛਣਾ ਚਾਹੁੰਦੇ ਹਨ ਜੀ. Hi, my name is Jyoti Jikare, I support BJP. Ji. I agree with you, definitely. Hmm. But if Modi doesn't come now, it's going to go down. Because Rahul promises a lot of other things. His facts changes in every bhashan, every pravachan. So how can we trust him as a prime minister of India? Rahul Gandhi de utte trust nahi kita ja sakda. Koi ida jawab dena chahega audience de vich? Ji. Ji. 5 saal de vich Modi ji ne ki kita? ਠੀਕ ਹੈ ਜੀ, ਉਹ ਤਾਂ ਹੋ ਗਿਆ ਸਵਾਲ, ਮੇਰੀ ਗੱਲ ਠੀਕ ਹੈ ਜੀ. ਉਹਨਾਂ ਨੇ ਕਰੰਸੀ ਇੱਕਦਮ 2000 ਦਾ ਕਰ ਦਿੱਤਾ, ਗਰੀਬਾਂ, ਗਰੀਬ ਜਿਹੜੇ ਗਰੀਬ ਬੰਦੇ ਉਹ ਲਾਈਨ ਦੇ ਵਿੱਚ ਲੱਗੇ ਰਹੇ. ਠੀਕ ਹੈ ਜੀ. ਵੱਡੇ ਚਾਹੇ ਜਿਨ੍ਹਾਂ ਕੋਲ ਪੈਸੇ ਸੀ. ਨੀਲਮ ਜੀ, ਇਹ ਇੱਕ ਵੱਡਾ ਸਵਾਲ ਬਣਿਆ ਕਿ ਕਰੰਸੀ ਬਹੁਤ ਡਾਊਨ ਗਈ ਹੈ. How much corrupt money was removed from the system? A whole parallel economy which was running underlying, that was attacked. And obviously ਜਿਨ੍ਹਾਂ ਦੇ ਪੈਸੇ ਗਏ ਨੇ ਸਾਰੇ ਰੋ ਰਹੇ ਨੇ, ਦੈਟਸ ਅ ਫੈਕਟ. ਪਰ ਉਹ ਕਿਸੇ ਪੈਸੇ ਸੀਗੇ ਜੀ, ਜਿਹੜੇ ਤੁਸੀਂ ਵਾਈਟ ਨਹੀਂ ਕਰ ਸਕਦੇ ਸੀਗੇ, ਜਿਹੜੇ ਤੁਸੀਂ ਬੈਂਕ 'ਚ ਨਹੀਂ ਪਾ ਸਕਦੇ ਸੀਗੇ. ਇਟਸ ਐਨ ਅੰਡਰਲਾਈਨ ਇਕਨੋਮੀ. ਇਹ ਸਵਾਲ ਵੀ ਕਾਲਰ ਦੀ ਤਰਫੋਂ. ਸੋ ਇਟ ਇਜ਼ ਪਾਰਟ ਆਫ ਕਰਪਸ਼ਨ. ਜੀ ਜੀ. ਸੋ ਇਫ ਯੂ ਆਰ ਅਟੈਕਿੰਗ ਕਰਪਸ਼ਨ, ਇਫ ਯੂ ਆਰ ਸੇਇੰਗ ਇਟਸ ਰੋਂਗ ਟੂ ਅਟੈਕ ਕਰਪਸ਼ਨ, ਦੈਨ ਯੂ ਨੋ ਯੂ ਡੋਨਟ ਨੀਡ ਅ ਗ੍ਰੇਟ ਪ੍ਰਾਈਮ ਮਿਨਿਸਟਰ ਲਾਈਕ ਮਿਸਟਰ ਮੋਦੀ. ਸੋ ਦੈਟ ਮੀਨਸ ਅਗਰ 2000 ਦਾ ਨੋਟ ਖਤਮ ਹੋ ਗਿਆ, ਸੋ ਕਰਪਸ਼ਨ ਖਤਮ ਹੋ ਗਈ ਇੰਡੀਆ ਦੇ ਵਿੱਚ? 2000 ਦਾ ਨੋਟ ਦੀ ਤਾਂ ਗੱਲ ਹੀ ਨਹੀਂ ਹੈ. ਨਹੀਂ, 2000 ਰੁਪੀਸ ਦਾ ਨੋਟ ਜਿਹੜਾ ਉਹਨਾਂ ਨੇ ਖਤਮ ਕਰ ਦਿੱਤਾ, ਤੇ ਇਹਦਾ ਮਤਲਬ ਕਰਪਸ਼ਨ ਖਤਮ ਹੋ ਗਈ. ਠੀਕ ਹੈ ਜੀ. 500 ਦਾ ਮੈਂ 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 ਸਵਾਲ ਹੈ ਨਾ, ਜਿਹੜੇ ਇੱਥੇ 2000 ਨਹੀਂ 500 ਜਿਹੜੇ 1000 ਦੇ ਨੋਟ ਬੰਦ ਕੀਤੇ, ਖੈਰ ਉਹ ਡਿਬੇਟ ਬਹੁਤ ਲੰਬੀ ਹੋ ਜਾਏਗੀ. ਚਲੋ, ਲੈਟਸ ਟਾਕ ਅਬਾਊਟ ਹਾਊ ਵੀ ਕੈਨ ਮੇਕ ਇੰਡੀਆ ਮੋਰ ਪ੍ਰੋਗਰੈਸਿਵ. ਹੁਣ ਜੇ ਤੁਸੀਂ ਕਹਿ ਰਹੇ ਹੋ ਕਿ ਮੋਦੀ ਵੇਵ ਮੁੜ ਤੋਂ ਸ਼ੁਰੂ ਹੋ ਗਈ ਹੈ ਇੰਡੀਆ ਦੇ ਵਿੱਚ, ਟੂ ਕੰਟੀਨਿਊ ਵਾਟ ਮੋਦੀ ਜੀ ਹੈਜ਼ ਬੀਨ ਡੂਇੰਗ, ਟੂ ਸਟੇ ਔਨ ਦ ਪ੍ਰੋਗਰੈਸ ਪਾਥ ਦੈਟ ਮੋਦੀ ਜੀ ਹੈਜ਼ ਬੀਨ ਔਨ, ਹੀ ਹੈਜ਼ ਆਈਡੈਂਟੀਫਾਈਡ ਮੈਨੀ ਮੈਨੀ ਸੈਕਸ਼ਨਸ ਦੈਟ ਹੈਵ ਨੀਡਿਡ ਇੰਪਰੂਵਮੈਂਟ. ਹਰੇਕ ਕੇ ਲਈ ਉਹਨਾਂ ਨੇ ਅਲੱਗ ਯੋਜਨਾ ਖੋਲੀ, ਹਰੇਕ ਯੋਜਨਾ ਅੱਜ ਕੇ ਤਾਰੀਖ ਮੇਂ ਸਕਸੈਸਫੁਲ ਹੈ, ਵੈਦਰ ਇਟ ਇਜ਼ ਮੇਕ ਇਨ ਇੰਡੀਆ, ਵੈਦਰ ਇਟ ਇਜ਼ ਐਨੀ ਯੋਜਨਾ, ਵੈਦਰ ਇਟ ਇਜ਼ ਫੋਰ ਫਾਰਮਰਸ, ਵੈਦਰ ਇਟ ਇਜ਼ ਗੋ ਗ੍ਰੀਨ, ਵੈਦਰ ਇਟ ਇਜ਼ ਟੂ ਕੰਜ਼ਰਵ ਵਾਟਰ, ਵੈਦਰ ਇਟ ਇਜ਼ ਇਲੈਕਟ੍ਰੀਫਾਈਂਗ ਦ ਸਿਟੀਸ ਐਂਡ ਆਲ ਦ ਗਾਂਵ, ਜਬ ਹਰ ਜਗ੍ਹਾ ਮੇਂ ਇੱਕ ਇਲੈਕਟ੍ਰੀਸਿਟੀ ਜਾਣੀ ਚਾਹੀਏ, ਸਭ ਰੋਡ ਹੋਣੇ ਚਾਹੀਏ, ਸਾਰੇ ਬੱਚੇ ਪੜ੍ਹਨੇ ਚਾਹੀਏ, ਯੂਥ ਕੋ ਆਗੇ ਉਹਨਾਂ ਨੇ ਲਾਇਆ ਹੈ, ਉਹਨਾਂ ਨੇ ਇੱਕ ਕਨਵਰਸੇਸ਼ਨ ਮੇਂ ਰੱਖਾ ਹੈ, ਮਨ ਕੀ ਬਾਤ ਸੇ ਸਭਕੇ ਜੋੜ ਕੇ ਰੱਖਾ ਹੋਇਆ, ਪੂਰੇ ਜੋ ਉਹਨਾਂ ਨੇ ਇੰਡੀਆ ਕਾ ਨਕਸ਼ਾ ਬਦਲਾ ਹੈ, ਦੈਟ ਇਜ਼ ਵਿਦ ਮੋਦੀ ਜੀ. ਵੀ ਮਨ ਕੀ ਬਾਤ ਜੇ ਕਰਨਾ ਚਾਹੁੰਦੇ ਹਾਂ ਨੀਲਮਾ ਜੀ, ਮੋਦੀ ਜੀ ਨੇ ਰੇਪ ਕੇਸ ਕੇ ਲਈ ਕੀ ਕੀਆ ਬਤਾਏ? ਬੇਟੀ ਬਚਾਓ, that yojana came once a rape has happened, he is not going to knock the doors and do some, obviously something has to be done after that. When these big cases came up, rape is not something that has happened just now, it has been happening for hundreds of years. What has been done before? At least now there is a step that has been taken. Abhi bhi rate to upar hi hai na, uska rate down to nahi hua na. Meri baat suno, ye jo ek insaniyat ki baat hai, ओके, जो निर्भया जैसे लोग पैदा होते हैं, जब निर्भया जैसे लोग सफर करते हैं, तब जाके हम लोग जागरूक होते हैं कि हमारे को कुछ करना है. एंड हु इज टेकिंग इट अप? तुसी कंप्लीट करना चाहोगे अपनी गल? मैं तो सिर्फ इतना ही कहना चाहूंगी नीलमे जी, यू आर नॉट सेइंग यू डोंट डिसएग्री विद मी? No, that's your opening statement. No, I'm just saying, like he said this about to finish, but I'm just saying ki this challenge is jo ye jo wala channel is run by a woman, right? ठीक है जी, वो अपन जरूर हमेशा कहने हो आने हैं
ਕਿ ਆਪਾਂ ਅੱਜ ਗੱਲ ਕਰ ਰਹੇ ਹਾਂ ਜਿੱਥੇ ਵੂਮਨ ਇੰਪਾਵਰਮੈਂਟ ਦੀ, ਅਤੇ ਸਾਡੇ ਚੈਨਲ ਦੇ ਜਿਹੜੇ ਸੀਈਓ ਨੇ ਪੈਨੀ ਕੇ ਸੰਧੂ ਜੀ, ਉਹ ਵੀ ਪਿਛਲੇ 12 ਸਾਲਾਂ ਤੋਂ ਇਸ ਚੈਨਲ ਨੂੰ ਰਨ ਕਰ ਰਹੇ ਹਨ, ਉਹਨਾਂ ਦੀ ਹਮੇਸ਼ਾ ਇਹ ਮੁਹਿੰਮ ਰਹਿੰਦੀ, ਉਹਨਾਂ ਦਾ ਟੀਚਾ ਹੈ ਕਿ ਅਸੀਂ ਸਾਰੇ ਮੁੱਦਿਆਂ ਦੇ ਉੱਤੇ ਨਿਊਟਰਲ ਗੱਲ ਕਰਨੀ ਹੈਗੀ ਹੈ, ਔਰ ਉਹਨਾਂ ਮੁੱਦਿਆਂ ਦੇ ਅਸੀਂ ਅਤੇ ਆਪਾਂ ਇੱਕ ਪ੍ਰੋਗਰੈਸਿਵ ਸੋਚ ਬਣਾਉਣੀ ਹੈ ਕਿ ਆਪਾਂ ਮੁੱਦੇ ਤਾਂ ਕਰਦੇ ਹਾਂ ਲੇਕਿਨ ਆਪਾਂ ਅੱਗੇ ਕਿਵੇਂ ਉਹਨੂੰ ਇੰਪਲੀਮੈਂਟ ਕਰ ਸਕਦੇ ਹਾਂ ਗਰਾਊਂਡ ਲੈਵਲ ਦੇ ਉੱਤੇ। ਅਤੇ ਮੈਂ ਥੈਂਕ ਯੂ ਕਰਨਾ ਚਾਹੁੰਦਾ ਸਾਡੇ ਸੀਈਓ ਦਾ, ਪੈਨੀ ਕੇ ਸੰਧੂ ਜੀ ਦਾ, ਜਿਨ੍ਹਾਂ ਨੇ ਸਾਨੂੰ ਇਹ ਮੰਚ ਦਿੱਤਾ, ਔਰ ਇਸ ਮੰਚ ਦੇ ਉੱਤੇ ਅਸੀਂ ਬੇਬਾਕ ਤਰੀਕੇ ਨਾਲ ਅਸੀਂ ਆਪਣੀ ਗੱਲ ਕਰਦੇ ਹਾਂ, ਨਿਰਪੱਖ ਤਰੀਕੇ ਨਾਲ ਅਸੀਂ ਆਪਣੀ ਗੱਲ ਕਰਦੇ ਹਾਂ। ਥੈਂਕ ਯੂ ਸ਼ਾਲੂ ਜੀ, ਤੁਸੀਂ ਆਪਣੀ ਗੱਲ ਇੱਥੇ ਰੱਖੀ। ਥੈਂਕ ਯੂ ਨੀਲਿਮਾ ਜੀ। ਕੋਈ ਜਾਂਦੇ ਜਾਂਦੇ ਤੁਸੀਂ ਆਪਣੇ ਕੋਈ ਵਿਚਾਰ ਪ੍ਰਗਟ ਕਰਨਾ ਚਾਹੋਗੇ ਜੀ? ਹਾਂਜੀ, ਮੇਰਾ ਨਾਮ ਲੀਨਾ ਸਾਹਨੀ, ਜੁਆਇੰਟ ਸੈਕਟਰੀ ਆਫ IOC। We would want Rahul Gandhi to come as a leader of Congress because he is a young blood. He is one person who has been in the limelight of political field right from his childhood, and he has seen politics. So given a chance, he will be a successful prime minister as well. And we want, being young as a millennium person, we want him to be there as a prime minister so that all youngsters, even the brain drain that has happened, may come in after he is there. Chalo, dekh. We want Rahul. We want Rahul. We want Modi. 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 Rahul Gandhi Zindabad. Rahul Gandhi Zindabad. Lo ji, Modi aur Rahul Gandhi de vichale hun eh jehdi debate hai ਅੱਗੇ ਚੱਲਦੀ ਰਹੇਗੀ। ਜਸ ਪੰਜਾਬੀ ਵੀ ਤੁਹਾਡੇ ਲਈ ਉਹਨਾਂ ਸਾਰੇ ਪੈਰੋਕਾਰਾਂ ਨੂੰ ਲਿਆਂਦਾ ਰਹੇਗਾ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ, ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ, ਰੱਬ ਰਾਖਾ। ਰਾਹੁਲ ਗਾਂਧੀ ਜ਼ਿੰਦਾਬਾਦ।